ਬਾਣੀ ਉਸ ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਉਸ ਇੱਕ ਦੀਆਂ ਬਾਤਾਂ ਨੇ ਉਹ ਦੇਸ਼ਕ ਦੀ ਐ ਕਹਾਣੀ ਇਹ ਜੋ ਅੱਖਰ ਜੁੜਦੇ ਨੇ ਉਹ ਜਸੜਾ ਉਹਦੀ ਹੀ ਆਮਦ ਇੱਕ ਮਾਲਕ ਤੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਜੇ ਅਸਲ ਗਿਆਨ ਹੈ ਵੇਦਾਂ ਦਾ ਉਹ ਦੱਸ ਕਾਤੋਂ ਨਫ਼ਰਤ ਕਰਦਾ ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ ਮਾਸੂਮਾਂ ਨੂੰ ਮਾਰਨ ਦੀ ਉਹ ਦੱਸ ਵਿਦਿਆ ਕਿੱਥੋਂ ਪੜਦਾ ਛੱਡ ਝਗੜ ਚਮੇਲਿਆਂ ਨੂੰ ਪਾਲਾ ਜੱਫੀ ਜਿਆਂ ਸਹਿਮਤ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਤੇ ਕੀ ਮੁਹੰਮਦ ਇੱਕ ਮਾਲਕ ਦੇ ਬੱਚਿਆਂ ਕੀ ਸਰਦਾਰ ਕੀ ਮੁਹੰਮਦ ਆ ਗਈ ਵਿਹਲੀ ਜਨਤਾ ਧਨ ਭਾਗ ਹਮਾਰੇ ਜੋ ਦਰਸ਼ਨ ਹੋਏ ਤੁਹਾਰੇ ਹੋਰ ਲੋਟ ਕਿਤੇ ਸਾਰੀ ਰਾਤ ਸੁੱਤੇ ਪਏ ਪਏ ਥੱਕ ਤਾਂ ਨਹੀਂ ਗਏ ਲੱਤਾਂ ਅਕੜ ਗਿਆ ਹੋਣੀ ਆ ਮੈਂ ਘੁੱਟਾਂ ਹੈ ਮੇਰੇ ਸਲਕੜਿਓ ਆ ਟਾਈਮ ਕੋਈ ਆਉਂਦਾ ਵਾ 6 ਵਜੇ ਦਾ ਟਾਈਮ ਸੀ ਚਿੱਟਾ ਦਿਨ ਚੜਾਤਾ ਤੁਸੀਂ ਹੈ ਤੁਹਾਨੂੰ ਤਾਂ ਆਏ ਤੀ ਕਿਹਨੇ ਪੁੱਛਣਾ ਇਹ ਕਰਨਲ ਸਾਹਿਬ ਦੇ ਖੇਤ ਨੇ ਕਰਨਲ ਸਾਹਿਬ ਅੜਵਾਈ ਫੌਜੀ ਵਾਲੀ ਕੁਟਾਈ ਪੁਲਿਸ ਵਾਲੀ ਉੱਤੋਂ ਮੈਂ ਕੱਬਾ ਕਰਨਲ ਸ਼ਾਹ ਡਿਸਪ੍ਰਿੰਗ ਦੇ ਪੱਕੇ ਉਹ ਤੁਹਾਨੂੰ ਅਣਬਣ ਜਨਤਾ ਨੂੰ ਇਹ ਨਹੀਂ ਪਤਾ ਹੋਣਾ ਵੀ ਡਿਸਪ੍ਰਿੰਗ ਕੀ ਹੁੰਦਾ ਉਹ ਡਿਸਪ੍ਰਿੰਗ ਹੁੰਦਾ ਉਹਨੂੰ ਛਾਛੜ ਕਰਨਲ ਸ਼ਾਹ ਕਿਸੇ ਦਾ ਹੱਕ ਨਹੀਂ ਰੱਖਦਾ ਤਾਂ ਇਹਦਾ ਸਾਰੇ ਇਲਾਕੇ 'ਚ ਚੜ੍ਹਾਈ ਆ ਉਹਨਾਂ ਦੀ ਹੁਣ ਮੇਰੇ ਵੱਲ ਕੀ ਦੇਖਦੇ ਹੋ ਜਿਵੇਂ ਬੋਕ ਤੁੱਕੇ ਵੱਲ ਦੇਖਦਾ ਹੁੰਦਾ ਚਲੋ ਕੰਮ 'ਤੇ ਲੱਗੋ ਉੜਾ ਦਿਓ ਕੰਮ ਦੀਆਂ ਬੂੰਦੀਆਂ ਜੇ ਕਰਨਲ ਸ਼ਾਹ ਆ ਗਏ ਇੱਥੇ ਉਹਦੀ ਲਿਫਟ ਰਾਈਟ ਤੁਹਾਡੀ ਫਟਾਫਟ ਉਹ ਤੂੰ ਲੈ ਦਾ ਕਰ ਹਥਿਆਰ ਆਪਣਾ ਆਓ ਮਾਛੀ ਵਾਲਿਓ ਤੇਰੇ ਬਸ ਦਾ ਰੋਗ ਨਹੀਂ ਹੈਗਾ ਕਹੀ ਚਲਾਉਣਾ ਮੈਂ ਦੱਸਦਾ ਤੈਨੂੰ ਤੈਨੂੰ ਬੈ ਦਿਲਾ ਤੇਰੇ ਕਹੀ ਚਲਾਉਣ ਦੀ ਹੱਟ ਪਿੱਛੇ ਇੱਧਰ ਆ ਓਏ ਆ ਜਾਓ ਤੁਸੀਂ ਵੀ ਸਾਰੇ ਵਾ ਆ ਜਾਓ ਤੁਹਾਨੂੰ ਸਿਖਾਵਾਂ ਕਹੀ ਕਿਵੇਂ ਚੱਲਦੀ ਹੁੰਦੀ ਆ ਆ ਜਾ ਕਹੀ ਚਲਾਉਣ ਵਾਸਤੇ ਵੀ ਐਕਸਪਰਸ਼ਨ ਚਾਹੀਦਾ ਐਕਸਪਰਸ਼ਨ ਐਕਸਪਰਸ਼ਨ ਹੁੰਦਾ ਤਜਰਬਾ ਇੱਧਰ ਦੇਖ ਭਰਿਆ ਪਿਆ ਪੂਰੇ ਦਾ ਪੂਰਾ ਦੇਖੋ ਕਹੀ ਚਲਾਉਣ ਵਾਸਤੇ ਸਭ ਤੋਂ ਪਹਿਲਾਂ ਰਾਈਟ ਹੈਂਡ ਪਾਓ ਇੱਥੇ ਲੈਫਟ ਹੈਂਡ ਪਾਓ ਇੱਥੇ ਤੇ ਲਾ ਕੇ ਸ਼ਾਂਤੀ ਦਾ ਜ਼ੋਰ ਹਕੀਮ ਜੀ ਅੱਜ ਫੇਰ ਅੜ ਗਈ ਕਿੜਕੀ
ਆ ਛੇਤੀ ਆਇਓ ਓਏ ਆ ਜਾ ਛੇਤੀ ਗਿਆ ਸਰੀਰ ਤੇਰੀ ਟੱਲੀ ਦਾ ਪੜ ਜਾ ਬੱਬ ਤੇਰੇ ਹੱਥ 'ਚ ਹੀ ਫੁੱਟ ਜਾ ਓ ਤੇਰੀ ਧੋਤੀ ਨੂੰ ਲੱਗ ਜਾ ਅੱਗ ਓ ਤੇਰੇ ਪਤਾ ਕੀ ਹੋਇਆ ਉਹ ਦੂਜਾ ਪਲਵਾਨ ਇਹਦੀ ਬਾਤ ਸੁਣ ਕੇ ਇੱਥੇ ਲੱਗ ਪਿਆ ਹੱਥ ਦੇ ਦਾ ਤਿਆਰ ਜ਼ੋਰ ਹੋ ਰਿਹਾ ਗੋਲੀਆਂ ਵੀ ਫਿਰੀ ਜਾਂਦੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰਦਾਰ ਜੀ ਸਤਿ ਸ਼੍ਰੀ ਅਕਾਲ ਹਕੀਮਾ ਜੀ ਸਾਡੇ ਬੰਦੇ ਨੂੰ ਸਮਾਰ ਬਈ ਸਰੀਰ ਹੀ ਨਿਕੰਮਾ ਬੰਦਾ ਕੰਮ ਦਾ ਉਹ ਕੀ ਦੱਸੀਏ ਸਰਦਾਰ ਸਾਹਿਬ ਤੀਏ ਦਿਨ ਆ ਜਾਂਦਾ ਮੇਰੇ ਕੋਲੇ ਖੰਭ ਜੇ ਖਿਲਾਰ ਕੇ ਉਹ ਚੱਲ ਤਾਂ ਕੀ ਹੋ ਗਿਆ ਹਕੀਮ ਹੈ ਤੇਰਾ ਤਾਂ ਫਰਜ਼ ਬਣਦਾ ਨਾ ਬੰਦੇ ਨੂੰ ਠੀਕ ਕਰਨਾ ਉਹ ਚਲੋ ਸਰਦਾਰ ਸਾਹਿਬ ਜੇ ਤੁਸੀਂ ਕਹਿੰਦੇ ਹੋ ਤਾਂ ਕਰ ਲੈਨੇ ਕੋਸ਼ਟ ਓਏ ਆਓ ਵੀ ਮੁੰਡਿਓ ਤੂੰ ਕਿੱਧਰ ਨੂੰ ਤੁਰ ਪਿਆ ਅੰਦਰ ਆ ਹੈਲੋ ਕੀ ਛੋਟੀ ਕਾਂ ਚਿੜੀ ਖੀਰੇ ਵਾਸਤੇ ਦੁੱਧ ਜਲਦੀ ਪਾ ਕੇ ਲਿਆ ਦੂਜੇ ਛੋਟੇ ਦਾ ਬਚਪਨ ਚ ਲੱਦਣੀ ਜਾ ਕੇ ਬਹਿ ਗਏ ਨਾਨਕੀ ਸਰਦਾਰ ਨੀ ਹੈ ਆਹ ਦੇਖ ਇਹ ਬੱਚਿਆਂ ਨੂੰ ਨਾਨਕੇ ਬਹੁਤ ਪਿਆਰੇ ਹੁੰਦੇ ਆ ਹਨਾ ਉਹ ਤੇ ਹੁੰਦੇ ਹੀ ਆ ਜੀ ਹਾਂ ਉਹ ਸੱਚ ਗੁੱਡੀ ਪੁੱਤ ਹਾਂਜੀ ਬੀਜੀ ਉਹ ਜ਼ਰਾ ਚਿੱਠੀ ਤੇ ਲਿਆ ਕੇ ਦੇ ਬਾਪੂ ਜੀ ਨੂੰ ਜਿਹੜੀ ਗੁੱਲੂ ਦੇ ਕਾਲਜ ਤੋਂ ਆਈ ਹੈ ਲਿਆਈ ਬੀਜੀ ਹੁਣ ਚਿੱਠੀ ਕਾਦੇ ਵਾਸਤੇ ਆ ਗਈ ਤੁਹਾਡੀ ਟਰਸਟੀਜ਼ ਦੀ ਮੀਟਿੰਗ ਹੈ ਜੀ ਕੀ ਕਰੂੰਗਾ ਮੀਟਿੰਗ ਜਾ ਕੇ ਕਿਉਂ ਅੱਜ ਤੱਕ ਜਿੰਨੀ ਵਾਰ ਵੀ ਮੀਟਿੰਗ ਅਟੈਂਡ ਕੀਤੀ ਹੈ ਹਰ ਵਾਰ ਗੁੱਲੂ ਦੀਆਂ ਸ਼ਿਕਾਇਤਾਂ ਸੁਣਨ ਨੂੰ ਮਿਲੀਆਂ ਨੇ ਇਹ ਪ੍ਰਧਾਨ ਦੀ ਕੁਛ ਜ਼ਿਆਦਾ ਹੀ ਹਵਾ ਖਰਾਬ ਹੋ ਗਈ ਆਹੋ ਯਾਰ ਗੁੱਲੂ ਬਾਈ ਬੜੀ ਹਵਾ ਖਰਾਬ ਹੋਈ ਆ ਪ੍ਰਧਾਨ ਦੀ ਈਸ਼ ਤੇ ਮਨੀਸ਼ ਅੱਜ ਫੇਰ ਕੁੱਟਤੇ ਕਾਤੋਂ ਐਵੇਂ ਕੁੜੀਆਂ ਤੇ ਪ੍ਰਭਾਵ ਪਾਉਣ ਨੂੰ ਅੱਗੇ ਹੱਥ ਖੋਲਣ ਨੂੰ ਜੀ ਕਰਦਾ ਸੀ ਬਾਈ ਨੇ ਕਈ ਦਿਨਾਂ ਤੋਂ ਹੱਥ ਨਹੀਂ ਖੋਲਿਆ ਪਤਾ ਹੀ ਥੋੜ੍ਹਾ ਟਾਈਮ ਬਾਅਦ ਲੱਗਿਆ ਨਹੀਂ ਮੈਂ ਠਾਉਂਦਾ ਮੇਰੇ ਸਾਲਾਂ ਦੇ ਬਰੋਲੇ ਮੈਨੂੰ ਲੱਗਦਾ ਬਾਈ ਕਦੇ ਨਾ ਕਦੇ ਇਹਨਾਂ ਨੂੰ ਦੇਖਣਾ ਹੀ ਪਊ ਕਦੇ ਨੀ ਕੱਲ ਨੂੰ ਹੀ ਦੇਖਾਂਗੇ ਕੱਲ ਨੂੰ ਬਾਈ ਥੈਂਕ ਯੂ
ਤੜਕਾ ਤੋਂ ਮਾਰਿਆ ਦੇ। ਬੜੇ ਦਿਨਾਂ ਤੋਂ ਹੱਥ 'ਚ ਖੁਜਲੀ ਹੋ ਰਹੀ ਸੀ, ਹੱਥ ਖੋਲਣ ਨੂੰ ਦਿਲ ਕਰ ਰਿਹਾ ਸੀ, ਖੋਲਤਾ। ਬਾਈ ਉਹ ਦੇਖਦੇ ਕੀ ਹੋ, ਚਾੜਾ ਥਾਪੜਾ ਇਹਨਾਂ ਦਾ। ਮੁੱਕ ਗਈ ਬਦਮਾਸ਼ੀ। ਬਾਈ ਤਾਕਤ ਹਜ਼ਮ ਕਰਨ ਲਈ ਵੀ ਤਾਕਤ ਚਾਹੀਦੀ ਆ। ਉਹਦੇ ਤੇ ਰੁਤਬੇ ਭਲਾਈ ਲਈ ਮਿਲਦੇ ਆ, ਅੱਤ ਚੱਕਣ ਲਈ ਨਹੀਂ। ਭਾਈ ਇੱਕ ਮਾਰਨਾ ਮੈਂ ਕਹਿੰਦਾ ਸਾਲੇ ਦੇ, ਭਾਈ ਬਹੁਤ ਤੰਗ ਕੀਤਾ ਮੈਨੇ। ਭਾਈ ਮੈਂ ਕਹਿੰਦਾ ਇੱਕ ਮਾਰਨਾ ਦੇ ਭਾਈ। ਤੂੰ ਬਾਈ ਨੂੰ ਕਾਹਤੋਂ ਬੁਲਾਇਆ ਓਏ? ਵਧੀਆ ਹੋਇਆ ਪੁੱਤ ਬੁਲਾ ਲਿਆ, ਨਹੀਂ ਉਦਣ ਜੱਤੜ ਜੀ ਨੇ ਹੱਥ ਹੀ ਖੋਲਿਆ ਸੀ, ਅੱਜ ਇੰਜਣ ਖੋਲਣਾ ਸੀ ਪੁੱਤ ਸਾਰਿਆਂ ਦਾ। ਨਾ ਤੈਨੂੰ ਪਤਾ ਨਹੀਂ ਹੋਏ ਕਿ ਤੈਨੂੰ ਪ੍ਰਧਾਨਗੀ ਬਾਈ ਕਰਕੇ ਮਿਲੀ ਆ। ਬਾਈ ਜੀ ਪਤਾ, ਮੈਂ ਤਾਂ ਸੁਰਜੀਤ ਬਾਈ ਦੀ ਬਹੁਤ ਇੱਜ਼ਤ ਕਰਦਾ। ਇੱਜ਼ਤ ਕਰਦਾ? ਚੁੱਪ। ਜਦ ਤੁਹਾਨੂੰ ਪਤਾ ਵੀ ਸਮਝਦਾਰ ਬੰਦਾ ਕਾਲਜ 'ਚ ਬੈਠਾ ਮੈਂ, ਹੈਂ 35 ਕਿੰਨੇ? 35 ਦੁਬਾਰੇ ਬੋਲੋ। 35 35 ਫੈਸਲਾ ਕਰਾ ਚੁੱਕਿਆ ਹੁਣ ਤੱਕ ਮੈਂ, 36ਵਾਂ ਆਏ ਆ। ਜੱਲੇ ਥੋੜ੍ਹਾ ਜਿਹਾ ਕੰਮ ਘਟਾ ਲਾ। ਬਾਈ ਜੀ ਸਾਨੂੰ ਨਹੀਂ ਸੀ ਪਤਾ ਜੀ ਤੁਹਾਡਾ ਭਰਾ ਹੈ ਜੀ ਇਹ। ਸਾਰੇ ਹੀ ਭਰਾ ਹੋ ਤੁਸੀਂ, ਆ ਜਾ ਛੋਟੇ ਵੀਰੇ ਤੇਰਾ। ਤਾਂ ਹੀ ਬੜਾ ਭਰਾ ਹੋਣ ਦੇ ਨਾਤੇ ਸਮਝਾਉਣਾ ਵੀ ਮਾਂ ਪਿਓ ਨਿਆਣਿਆਂ ਨੂੰ ਬਹੁਤ ਆਸ ਉਮੀਦਾਂ ਨਾਲ ਪੜ੍ਹਨ ਭੇਜਦੇ ਆ, ਆਪਣੀਆਂ ਮੁੱਢਲੀਆਂ ਲੋੜਾਂ ਨੂੰ ਪਾਸੇ ਰੱਖ ਕੇ ਤੁਹਾਡੀਆਂ ਬੇਲੋੜੀਆਂ ਮੰਗਾਂ ਪੂਰੀਆਂ ਕਰਦੇ ਆ। ਇਹ ਹੁਣ ਤੁਸੀਂ ਸੋਚ ਲਓ ਕੀ ਉਹਨਾਂ ਨਾਲ ਇਨਸਾਫ ਕਰਦੇ ਹੋ? ਉਰੇ ਆਓ। ਉਹ ਆ ਜਾ ਹੁਣ, ਰਲ ਮਿਲ ਕੇ ਰਹਿਣਾ, ਲੜਨਾ ਨਹੀਂ, ਠੀਕ ਆ? ਚੱਲ ਜੱਫੀ ਪਾ। ਉਹ ਚੱਲ ਪਾ। ਸ਼ਾਬਾਸ਼ ਸ਼ਾਬਾਸ਼। ਉਹ ਆ ਜਾ ਚੱਲੀਏ। ਉਹ ਬਹਿ ਜਾ ਕੇ ਹੋਰ ਖਾਣੀਆਂ ਜਾ। ਭਾਈ ਆਪਣੇ ਬੰਦਿਆਂ ਤੇ ਫਿਰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਕਚਹਿਰੀ 'ਚ ਜਕਾਰੇ ਲਾਉਂਦੇ ਰਹੇ। ਮਾਮਾ ਜੀ ਮੁਸਲਮਾਨ ਸਿੱਖਾਂ ਨੂੰ ਮਾਰਦੇ ਸੀ। ਉਹ ਤਾਂ ਮੁਸਲਮਾਨ ਨਹੀਂ ਸੀ ਸਿੱਖਾਂ ਨੂੰ ਮਾਰ ਰਹੇ, ਇੱਕ ਜ਼ਾਲਿਮ ਤੇ ਹੰਕਾਰਿਆ ਹੋਇਆ ਸ਼ਾਸਕ ਮਾਰ ਰਿਹਾ ਸੀ। ਤੇ ਧਰਮੀ ਬੰਦਾ ਹਿੰਦੂ ਮੁਸਲਿਮ ਸਿੱਖ ਕਿਸੇ ਵੀ ਧਰਮ ਦਾ ਹੋਵੇ, ਉਹ ਕਦੇ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਤੇ ਰਹੀ ਗੱਲ ਮੁਸਲਮਾਨਾਂ ਦੀ, ਤਾਂ ਪੰਜਵੇਂ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਦੀ ਨੀਂਹ ਵੀ ਸਾਈਂ ਮੀਆਂ ਮੀਰ ਜੀ ਤੋਂ ਰਖਾਈ ਸੀ। ਅੱਛਾ। ਤੇ ਪੁੱਤ ਤੁਸੀਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ। ਹਾਂ ਜੀ। ਤੇ ਸਾਰਿਆਂ ਨੂੰ ਪਿਆਰ ਕਰਨਾ ਤੇ ਆਪਣੀ ਗੁੱਲ ਪੁੱਤ ਹੁਣ ਤੇਰੀ ਡਿਗਰੀ ਵੀ ਪੂਰੀ ਹੋ ਰਹੀ ਹੈ,
ਚੰਗੀ ਜੀ ਨੌਕਰੀ ਦੇਖ ਕੇ ਅਪਲਾਈ ਕਰ ਤੇ ਆਪਣੇ ਬਾਪੂ ਜੀ ਵਾਂਗ ਚੰਗੇ ਅਹੁਦੇ ਤੇ ਲੱਗ। ਬੀਜੀ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰ ਕਿਹਾ ਇਹ ਨੌਕਰੀ ਜੀ ਮੇਰੇ ਤੋਂ ਹੋਣੀ ਨੀ। ਨੌਕਰੀ ਕਿੱਦਾਂ ਨੀ ਹੋਣੀ, ਇਹਨੂੰ ਨਵਾਬਜ਼ਾਦੇ ਨੂੰ ਕੀ ਲੋੜ ਹੈ ਨੌਕਰੀ ਦੀ, ਘਰ ਵਿਹਲੇ ਬੈਠੇ ਨੂੰ ਪੱਕੀਆਂ ਪਕਾਈਆਂ ਮਿਲਦੀਆਂ ਨੇ। ਸਰਦਾਰ ਸਾਹਿਬ ਕੀ ਕਰਦੇ ਹੋ, ਰੋਟੀ ਦਿਖਾਣ ਦਿਓ ਵਾਕੇ ਨੂੰ, ਤੂੰ ਖਾ ਰੋਟੀ ਖਾ। ਸਰਦਾਰ ਨਹੀਂ ਤੂੰ ਨਹੀਂ ਵਿੱਚ ਬੋਲਣਾ ਅੱਜ, ਮੈਨੂੰ ਇਹਦੇ ਨਾਲ ਗੱਲ ਕਰ ਹੀ ਲੈਣ ਦੇ। ਓ ਕਾਕਾ ਜੀ ਆਪਣੇ ਨਾਂ ਦੇ ਅੱਗੇ ਕੋਈ ਵੀ ਡੈਜ਼ਿਗਨੇਸ਼ਨ ਲਗਵਾਉਣਾ ਹਰ ਐਰੇ ਗਹਿਰੇ ਨੱਥੂ ਖੈਰੇ ਦਾ ਕੰਮ ਨਹੀਂ। ਮੈਂ ਪਹਿਲਾਂ ਵੀ ਕਿਹਾ ਸੀ ਨਾ ਤਾਂ ਮੈਂ ਨੌਕਰੀ ਕਰਨੀ ਹੈ ਨਾ ਮੇਰੇ ਤੋਂ ਚਾਕਰੀ ਜੀ ਹੋਣੀ ਹੈ। ਚਾਕਰੀ ਤੋਂ ਮਤਲਬ ਕੀ ਹੈ ਤੇਰਾ, ਮੈਂ ਸਾਰੀ ਉਮਰ ਚਾਕਰੀ ਕਰਦਾ ਰਿਹਾ ਦੇਖਦਾ ਕਿਵੇਂ ਅੱਖਾਂ ਥੱਲੇ ਕਰ, ਅੱਖਾਂ ਥੱਲੇ ਕਰ। ਸਰਦਾਰ ਜੀ ਬਸ ਕਰੋ, ਬੱਚਾ ਹੈ ਹਲੇ। ਚੱਲ ਗੱਲ ਉੱਪਰ, ਚੱਲ ਉੱਪਰ, ਇਹਨੂੰ ਦਫਾ ਕਰਦੇ ਇੱਥੋਂ। ਨਿਆਣਾ ਜੀ ਮੈਂ ਸਮਝਾਉਣਾ, ਤੁਸੀਂ ਚੱਲ ਕੇ ਆਰਾਮ ਕਰੋ। ਦੇਖ ਲੈ ਸਮਝਾ ਕੇ ਸਮਝਦੇ ਇੱਥੋਂ। ਹਾਂਜੀ ਗੁੱਲੂ, ਬੰਦਾ ਨਾ ਜ਼ਿੰਦਗੀ 'ਚ ਹਰੇਕ ਗੱਲ ਲੇਟ ਸਮਝਦਾ। ਸਕੂਲ ਵਾਲੇ ਮਾਸਟਰਾਂ ਦੀਆਂ ਗੱਲਾਂ ਸਕੂਲ ਲੰਘੇ ਅਤੇ ਕਾਲਜ ਵਾਲੇ ਪ੍ਰੋਫੈਸਰਾਂ ਦੀਆਂ ਗੱਲਾਂ ਕਾਲਜ ਲੰਘੇ ਅਤੇ ਪਰ ਮਾਪਿਆਂ ਦੀਆਂ ਗੱਲਾਂ ਕਈ ਵਾਰ ਉਮਰ ਲੰਘੇ ਅਤੇ ਹੀ ਸਮਝ ਆਉਂਦੀਆਂ ਨੇ। ਮੈਂ ਨਹੀਂ ਚਾਹੁੰਦਾ ਵੀ ਆਪਾਂ ਉਮਰ ਲੰਘੇ ਅਤੇ ਸਮਝੀਏ। ਗਾਂ ਤੋਂ ਖਿਆਲ ਰੱਖੂੰਗਾ ਬਾਈ। ਸ਼ਾਬਾਸ਼, ਰੋਟੀ ਤਾਂ ਖਾ ਲੈਣੀ ਸੀ ਕਰਨਲ, ਤਾਂ ਤੈਨੂੰ ਪਤਾ ਹੀ ਆ ਵੀ ਗਰਮ ਹੋ ਜਾਂਦਾ। ਬਾਈ ਬਾਲਾ ਪੈਂਦਾ ਕਰਨਲ ਤਾਂ ਮੈਨੂੰ ਯਾਰ। ਗੁੱਲੂ ਇੱਧਰ ਆ। ਚਲੋ ਬਾਈ ਆ ਲੈ ਦੁੱਧ ਪੀ ਲੈ। ਫੌਜੀ ਸੌਂ ਗਿਆ? ਆਹੋ ਫੜ। ਬਾਲੀ ਭੁੱਖ ਲੱਗੀ ਸੀ ਬੀਜੀ ਮੈਨੂੰ। ਬੀਜੀ ਇੰਨਾ ਗਰਮ ਦੁੱਧ ਨਾ ਲਿਆ ਕਰੋ, ਪੀਤਾ ਨਹੀਂ ਜਾਂਦਾ ਮੇਰੇ ਤੋਂ ਯਾਰ, ਇੰਨੀ ਭੁੱਖ ਲੱਗੀ ਤੂੰ ਗਰਮ ਦੁੱਧ ਲੈਂਦਾ ਤੁਸੀਂ। ਬੀਜੀ ਚੂਰੀ ਕਿਉਂ ਨਹੀਂ ਲੈ ਕੇ ਆਏ ਤੁਸੀਂ, ਦੁੱਧ ਨਾਲ ਚੂਰੀ ਤਾਂ ਲੈ ਆਉਂਦੇ। ਗੁੱਲੂ ਮੇਰਾ ਬੜਾ ਦਿਲ ਦੁਖਦਾ ਜਦੋਂ ਤੂੰ ਬਾਪੂ ਜੀ ਦੇ ਅੱਗੇ ਬੋਲਦਾ ਤੇ ਤੈਨੂੰ ਗੁੱਸਾ ਆਉਂਦਾ। ਬੀਜੀ ਇੰਨਾ ਗਰਮ ਦੁੱਧ ਮੇਰੇ ਤੋਂ ਪੀਤਾ ਨਹੀਂ ਜਾਂਦਾ ਬੀਜੀ। ਸੁਰਜੀਤ ਤੋਂ ਸਿੱਖ ਕੁਛ, ਅੱਜ ਤਾਂ ਨਹੀਂ ਬੋਲਿਆ ਆਪਣੇ ਬਾਪੂ ਜੀ ਦੇ ਅੱਗੇ ਕਦੇ। ਬੀਜੀ ਸ਼ੱਕਰ ਜਮਾ ਨਹੀਂ ਹੈਗੀ ਵਿੱਚ, ਬਾਈ ਨੂੰ ਨਹੀਂ ਸ਼ੱਕਰ ਪਾਉਂਦੇ ਤੁਸੀਂ ਮੈਨੂੰ। ਮੇਰੀ ਗੱਲ ਨਹੀਂ ਸੁਣਦਾ ਜੋ ਤੈਨੂੰ ਕਹਿੰਦੀ ਹੈ। ਵਿਚਾਰੇ ਸਿਰਫ ਸੁਭਾਅ ਦੇ ਸਖਤ ਹੈ, ਉਦਾਂ ਤਾਂ ਇੰਨਾ ਫਿਕਰ ਕਰਦੇ ਆ ਤੇਰਾ, ਤੂੰ ਭੋਰਾ ਸਮਝਾਇਆ ਇਹਨੂੰ ਕਦੇ। ਬੀਜੀ ਇਹ ਵਿਚਾਰਾ ਦਿਮਾਗ ਤੋਂ ਹੀ ਪੈਦਲ ਆ। ਪੈਦਲ ਨਹੀਂ ਘੈਂਟ ਆ ਮੈਂ, ਨਾਲੇ ਕਾਲਜ 'ਚ ਮੇਰਾ ਪਰਸਨਲ ਨਾਮ ਚੱਲਦਾ ਹੈ ਗੁੱਲੂ, ਤੇਰੇ ਵਾਂਗੂ ਬਾਪੂ ਦੇ ਨਾਂ ਤੋਂ ਨਹੀਂ ਬੁਲਾਉਂਦੇ। ਕਰਨਲ ਕਰਨਲ ਪਰ ਬੀਜੀ ਫਿਰ ਕਿਉਂ ਆਉਂਦਾ ਵਾਰ ਵਾਰ ਸੁਪਨਾ ਇਹ? ਇੱਕ ਤਾਂ ਪੋਚਾ ਵੀ ਨਹੀਂ ਚੱਜ ਨਾਲ ਦੇਖੀ ਜਾਂਦੀ ਹੈ, ਚਾਰੇ ਪਾਸੇ ਖਲਾਰਾ ਪਾਇਆ। ਹਾਏ ਹਾਏ ਮੈਂ ਕੀ ਲੱਭੀ ਜਾਂਦੀ ਹੈ ਇੱਥੇ, ਕੰਮ ਨਹੀਂ ਕਰਦਾ ਮੈਨੂੰ ਵੀ। ਬੀਜੀ ਕੁਛ ਤਾਂ ਬੋਲੋ ਨਾ। ਦੱਸ ਕੀ ਬੋਲਾਂ, ਨਿੱਕੇ ਹੁੰਦੇ ਤੋਂ ਇੱਕੋ ਹੀ ਗੱਲ ਬਾਰ 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 ਬਾਰ, ਜਾਂ ਤਾਂ ਬੰਦਾ ਦੱਸੇ ਵੀ ਸੁਪਨਾ ਹੈ ਕੀ ਹੈ, ਦਿਮਾਗ ਖਰਾਬ। ਨਾਲੇ ਪੁੱਤ ਹੁਣ ਤੂੰ ਬੱਚਾ ਨਹੀਂ ਰਿਹਾ, ਵੱਡਾ ਹੋ ਗਿਆ। ਛੱਡ ਇਹਨਾਂ ਗੱਲਾਂ ਨੂੰ, ਹੁਣ ਤੂੰ ਸੁਣ ਤੂੰ ਕੰਮ ਦੀ ਗੱਲ। ਆਹ ਜਿਹੜਾ ਬਾਬਾ ਜੀ ਦੇ ਘਰ ਲੰਗਰ ਹੈ ਨਾ, ਸਾਰਾ ਰਾਸ਼ਨ ਦਾ ਸਮਾਨ ਅੱਜ ਪਹੁੰਚਾ ਕੇ ਆ। ਨਾਲੇ ਉਹ ਜਿਹੜਾ ਕਾਮਿਆਂ ਨੂੰ ਰਾਸ਼ਨ ਦਿੰਦੇ ਹੋ, ਦਿਓ ਵਿਚਾਰਿਆਂ ਨੂੰ ਵਿੱਚੋਂ।
ਕਿੰਨੇ ਕੰਮ ਖੇਤਾਂ 'ਚ ਛੇੜੀ ਬੈਠਾ। ਚੱਲ ਤੁਰਦਾ ਹੋ, ਹੁਣ ਇੰਨੇ ਕੰਮ ਹੈਗੇ ਆ, ਇਹਨੂੰ ਇੱਥੇ ਸੁੱਝਦਾ ਹੀ ਨਹੀਂ ਕੁਛ। ਨਾ ਮੈਂ ਕਿਹਾ ਗਿਆ ਨਹੀਂ। ਮੈਂ ਨਹੀਂ ਬੀਜੀ ਜਾਣਾ ਅੱਜ, ਮੇਰਾ ਜੀ ਨਹੀਂ ਕਰਦਾ। ਤੈਨੂੰ ਪੁੱਛਿਆ ਕਿਸੇ ਨੇ? ਦੱਸਿਆ ਹੈ, ਜਾ। ਜੀ ਨਹੀਂ ਕਰਦਾ ਇਹਦਾ, ਹੁਣ ਜੀ ਨਾਲ ਕੰਮ ਕਰਨੇ ਨੇ। ਨਵੀਆਂ ਗੱਲਾਂ ਸੁਣ ਲਓ ਇਹਦੇ ਤੋਂ। ਵੈਸੇ ਨਾ ਬੀਜੀ, ਮੈਨੂੰ ਇੱਕ ਗੱਲ ਦਾ ਪੱਕਾ ਪਤਾ ਲੱਗ ਗਿਆ ਬਈ, ਤੁਹਾਡੇ 'ਚ ਨਾ ਕਦੇ ਕਦੇ ਕਰਨਲ ਆਉਂਦਾ ਹੈ। ਦੱਸਾਂ ਤੈਨੂੰ, ਨਹੀਂ ਹੈ ਕਿਉਂ ਟੈਨਸ਼ਨ ਲੈ ਜਾਂਦੀ ਹੈ? ਐਵੇਂ ਨਹੀਂ ਮਾੜਾ ਚੰਗਾ ਸੋਚੀਦਾ, ਵਾਹਿਗੁਰੂ ਜਾਣੇ ਜਾਣਨੇ, ਹੋਣਾ ਤਾਂ ਉਹੀ ਹੈ ਜੋ ਉਹਨਾਂ ਦੀ ਰਜ਼ਾ। ਕੀ ਕਰਾਂ, ਪਿਆਰ ਵੀ ਤਾਂ ਸੁਰਜੀਤ ਦੇ ਨਾਲ ਪਾਲਾ ਹੀ ਹੈ। ਸਰਦਾਰ ਸਾਹਿਬ, ਹੁਣ ਨਾ ਬਸ ਇਹਦੇ ਲਈ ਕੋਈ ਕੁੜੀ ਲੱਭੋ, ਆਪਾਂ ਬਸ ਛੇਤੀ ਦੇਣੀ ਵਿਆਹ ਕਰਨਾ ਇਹਦਾ। ਖੀਰੇ ਉਹ ਆ ਜਾ, ਖੀਰੇ ਮਾਤਾ ਮੱਥਾ ਟੇਕਦਾ। ਜਾਂਦਾ ਰਹਿ ਪੁੱਤ, ਲੰਬੀਆਂ ਉਮਰਾਂ ਹੋਣ। ਖੀਰੇ ਖੀਰੇ ਉਹ ਆ ਗਿਆ ਬਾਈ, ਚੱਲੀਏ ਫਿਰ। ਉਹ ਪਹਿਲਾਂ ਇਹ ਦੱਸ ਤੇਰਾ ਫਰ ਠੀਕ ਆ? ਮੈਂ ਕਿਹਾ ਜਵਾ ਲੋਟਾ, ਮੈਂ ਚੱਕ ਦੂ ਫੱਟੇ। ਆਹੋ ਪੁੱਤ, ਇਹ ਤਾਂ ਚੱਕ ਦੂ ਫੱਟੇ, ਜਾਨ ਨੀ ਪ੍ਰਾਣ ਨੀ, ਅੱਜ ਫੇਰ ਕੁਸਤੜਾ ਕੇ ਆ ਜੀ। ਤੂੰ ਨਾ ਤਾਰੀਫ ਕਰਦੀ ਆਪਣੇ ਹੋਰ ਹਰ ਪੁੱਤ ਦੀ, ਕਰਨਲ ਸ਼ਾਹ ਨੂੰ ਪੁੱਛ ਕੇ ਦੇਖਾ, ਉਹਨਾਂ ਕਿਹਾ ਕਿੰਨਾ ਡਿਪਰੈਸ਼ਨ ਆ ਮੇਰਾ। ਉਹ ਡਿਪਰੈਸ਼ਨ ਨੀ ਹੁੰਦਾ, ਇੰਪਰੈਸ਼ਨ ਹੁੰਦਾ। ਆਹੋ ਆਹੋ ਉਹੀ ਤੇ ਪੁੱਤ, ਤੂੰ ਤਾਂ ਉਹ ਗੁੱਸਾ ਕਰ ਲੈਂਦਾ। ਚੰਗਾ ਮਾਤਾ ਮੈਂ ਚੱਲਦਾ। ਹੋਰ ਠੀਕ ਠਾਕ ਆ? ਹਾਂਜੀ ਮੈਂ ਠੀਕ ਆ, ਤੁਸੀਂ ਕਿਵੇਂ ਹੋ? ਮੈਂ ਵੀ ਠੀਕ ਆ ਭਾਈ। ਤੇ ਬੀਜੀ ਹੋਣੀ ਕਿਵੇਂ? ਸਾਰੇ ਵਧੀਆ, ਸੁੱਖ ਆ। ਖੀਰੇ ਓ ਖੀਰੇ, ਹਾਂ ਬਾਈ, ਓ ਆ ਜਾਓ, ਘੜੀ ਖੰਡ ਆਰਾਮ ਕਰ ਲਓ, ਆ ਖੇਤ ਖਾਲੀ ਕਰ ਦਿਓ ਬੀਬੀਆਂ ਲਈ। ਆ ਜਾਓ ਬਾਈ। ਠੀਕ ਹੈ ਵੀਰੇ, ਜਾਓ ਬਾਈ। ਜਿਉਂਦਾ ਰਹਿ ਭਾਈ, ਸਾਡੇ ਅਰਗਿਆਂ ਦੀ ਵੀ ਇੱਜ਼ਤ ਕੀਤੀ ਆ, ਤਾਂ ਹੀ ਤਾਂ ਮਾਲਕ ਨੇ ਭਾਗ ਲਾਏ ਨੇ। ਸਾਡੇ ਵੀਰ ਜੀ ਤਾਂ ਹੈ ਹੀ ਇੱਦਾਂ ਦੇ, ਰੱਬ ਰਾਜ ਰੱਖੇ ਸਾਡੇ ਭਰਾ ਨੂੰ। ਕਿਵੇਂ ਆ ਭਤੀਜ? ਸਤਿ ਸ੍ਰੀ ਅਕਾਲ ਚਾਚਾ। ਸਤਿ ਸ੍ਰੀ ਅਕਾਲ, ਤਾਂ ਠੀਕ ਹੈ। ਆ ਬਿਸ਼ਨੀ ਦੀ ਜਵਾਨੀ ਬੜੀ ਹਾਸੇ ਬਣਬਣ ਫੁੱਟ ਰਹੀ ਹੈ। ਕੀ ਗੱਲ ਭਤੀਜ, ਤੇਰੇ ਨਾਲ ਬੜੀਆਂ ਹੱਸ ਹੱਸ ਗੱਲਾਂ ਕਰਦੀ ਹੈ, ਸਾਡੇ ਨਾਲ ਤਾਂ ਸਿੱਧੇ ਮੁੱਕੇ ਦੀ ਗੱਲ ਵੀ ਨਹੀਂ ਕਰਦੀ। ਦੇਖੀ ਭਤੀਜ, ਸਾਨੂੰ ਵੀ ਦੱਸ ਦੇ ਕਿਤੇ ਹੈ। ਚਾਚਾ, ਕਦ ਤੋਂ ਛੋਟੀ ਗੱਲ ਕੀਤੀ ਬੰਦੇ ਨੂੰ ਨੀਚ ਸਾਬਤ ਕਰ ਦਿੰਦੀ ਆ। ਤੂੰ ਉਮਰ 'ਚ ਮੇਰੇ ਤੋਂ ਬਹੁਤ ਵੱਡਾ, ਤੈਨੂੰ ਮੈਂ ਸਮਝਾਉਂਦਾ ਵਧੀਆ ਨਹੀਂ ਲੱਗਦਾ। ਤੇ ਨਾਲੇ ਸਰਦਾਰਾਂ ਦੀ ਸੋਚ ਇੱਜ਼ਤਾਂ ਬਚਾਉਣ ਵਾਲੀ ਹੁੰਦੀ ਆ, ਭਾ ਕੰਮ ਵਾਲੀ ਨਹੀਂ ਜਿਹੜੀ ਤੂੰ ਸੋਚਦਾ। ¶¶
ਬੈਠਾ ਬਾਈ ਬਾਈ ਯਾਰ ਤੂੰ ਇੱਥੇ ਬੈਠਾ ਮੈਂ ਤਾਂ ਖੀਰਾ ਲੱਭੀ ਜਾਂਦੇ ਤੈਨੂੰ ਬਾਈ ਚਾਬੀ ਤਾਂ ਬਣਿਆ ਕੁਛ ਯਾਰ ਬਾਈ ਉਹ ਕਿਵੇਂ ਡੁੱਡ ਵੱਟਾ ਜਿਹਾ ਬਣਿਆ ਬੈਠਾ ਯਾਰ ਅੱਜ ਨਾ ਗੱਜਣ ਚਾਚਾ ਆਇਆ ਸੀ ਯਾਰ ਖੇਤ ਬੇ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਆ ਮੈਥੋਂ ਨਾ ਉਹਨੂੰ ਬਹੁਤਾ ਹੀ ਰੁੱਖਾ ਜਿਹਾ ਬੋਲਿਆ ਗਿਆ ਯਾਰ ਯਾਰ ਉਹ ਬੰਦਾ ਬੇਕਾਰ ਆ ਗੱਲਾਂ ਵੀ ਬੇਕਾਰ ਹੀ ਕਰੂਗਾ ਬਾਈ ਤੂੰ ਤਾਂ ਐਂ ਗੱਲ ਕਰਦਾ ਜਿਵੇਂ ਸਕਾ ਚਾਚਾ ਹੁੰਦਾ ਆਪਣਾ ਚੁੱਪ ਓਏ ਐਵੇਂ ਨਹੀਂ ਬੋਲੀਦਾ ਚੱਲ ਬਾਈ ਨਹੀਂ ਬੋਲਦਾ ਯਾਰ ਬਾਈ ਯਾਰ ਚਾਬੀ ਦਾ ਵੀ ਬਣਿਆ ਕੁਛ ਯਾਰ ਹੈ ਬਾਈ ਉਹ ਮੇਰਾ ਅੱਜ ਗੁੱਲੂ ਮੂਡ ਨਹੀਂ ਹੈ ਤੂੰ ਜਾਇਆ ਕਹਿੰਦਾ ਬੋਰਡ ਦੀ ਹੈਗਾ ਗੁੱਲੂ ਵਿਚਾਰਾ ਕੱਲ੍ਹ ਦਾ ਤਿਆਰੀ ਕਰਦਾ ਤੀ ਪ੍ਰਾਗਰਾ ਪਿੱਛੜਾ ਕਰੋ ਤੁਸੀਂ ਜਾਓ ਫਿਰ ਤੁਸੀਂ ਨਾਲ ਜਾਓਗੇ ਮੈਂ ਹੱਦ ਕਰਦਾ ਬਾਈ ਜਾਣਾ ਚਾਬੀ ਚਾਹੀਦੀ ਆ ਯਾਰਾਂ ਦੋਸਤਾਂ ਨੂੰ ਮਿਲਣਾ ਤਾਂ ਮੇਰਾ ਯਾਰ ਨਾਲ ਜਾਊ ਫਿਰ ਨਾ ਨਾ ਬਾਈ ਮੈਂ ਕਿੱਥੇ ਯਾਰ ਤੁਸੀਂ ਉੱਥੇ ਕਾਰਾਂ ਜੀਪਾਂ ਵਾਲੇ ਇਕੱਠੇ ਹੋਵੋਗੇ ਸਾਰੇ ਤੇ ਮੈਂ ਲੱਗਦਾ ਕਾਰਾਂ ਜੀਪਾਂ ਦਾ ਆ ਤਾਂ ਫਿਰ ਰਾਗਰ ਗੀਲਾ ਬਣਿਆ ਬੈਠਾ ਮੇਰੇ ਕੋਲ ਤਾਂ ਕੱਪੜੇ ਵੀ ਹੈ ਨੀ ਬੁਲਟ ਥੋੜੀ ਨਾ ਹੋਊਗਾ ਯਾਰ ਸ਼ਾਬਾਸ਼ ਜਾ ਬੋਰੀ ਲੈ ਕੇ ਆ ਭਾਈ ਬੋਰੀ ਪਰ ਭਾਈ ਜਾ ਛੇਤੀ ਲੈ ਕੇ ਆ ਨੀ ਬੋਰੀਏ ਕਿੱਥੇ ਆ ਤੂੰ ਯਾਰ ਭਾਈ ਭਾਈ ਆਹ ਬੋਰੀ ਯਾਰ ਭਾਈ ਹਾਏ ਰੱਬਾ ਬਾਈ ਨੂੰ ਕੀ ਹੋ ਗਿਆ ਭਾਈ ਮੇਰੀ ਮੰਨ ਲਾ ਯਾਰ ਭਾਈ ਬੋਰੀ 'ਚ ਬੁਲਟ ਨਹੀਂ ਆਉਣਾ ਬਾਈ ਬਾਈ ਮੈਂ ਕਿਆ ਬਾਈ ਮੰਨ ਮੇਰੀ ਬਕਵਾਸ ਬੰਦ ਕਰੇਗਾ ਚੱਲ ਚੱਲ ਬਾਈ ਚੱਲ ਜਿਹੜਾ ਤੂੰ ਪਰਨਾ ਮੋਢੇ ਤੇ ਰੱਖ ਗਿਆ ਨਾ ਇਹ ਤਾਂ ਕਹਿਰੇ ਕਰ ਗਿਆ ਆ ਮੂੰਹ ਮੱਥਿਆ ਪਾਊਡਰ ਨਾਲ
ਅੰਗਰੇਜ਼ ਬਣਨਾ? ਉਹ ਬਾਤਾਂ ਤਾਲ ਆਇਆ ਸੀ ਵੀ ਰੱਗ ਥੋੜਾ ਜਿਹਾ ਛਾਫ ਲੱਗੂ ਲੱਗਦਿਆ ਛਾਫ ਦਿਆ ਉਹ ਬਚ ਕਰ ਯਾਰ ਥੋੜਾ ਜਿਹਾ ਤਾਂ ਰਹਿਣ ਤੂੰ ਤਾਂ ਜਮੀ ਕਾਲਾ ਕਰੀ ਜਾਂਦਾ ਚੱਲ ਆ ਜਾ ਫਿਰ ਚੱਲ ਅੱਛਾ ਤਾਂ ਲਾਈਏ ਬੋਰੀ ਕਿ ਫੌਜੀ ਨੂੰ ਟੈਰ ਤੇ ਨਿਸ਼ਾਨ ਨਾ ਦਿਖਾ ਬੱਲੇ ਲੋ ਬਾਈ ਸਾਡਾ ਖੀਰਾ ਮੈਡਮ ਮੇਰੇ ਯਾਰ ਨੂੰ ਓ ਐਮਐਲਏ ਮੁੰਡਾ ਆਪਣਾ ਕਿਰੇ ਪੜਾਉਣਾ ਬਾਈ ਕਿਵੇਂ ਕਰਨਲਾ ਆ ਬੱਲੇ ਬਾਈ ਵੀ ਆ ਗਏ ਨੇ ਹੁਣ ਪ੍ਰਧਾਨ ਦਾ ਵੀ ਕਰ ਲੈਂਦੇ ਆ ਹਵਾੜ ਮਾਰਦੀ ਆ ਤੇਰੇ ਚੋ ਦਾਰੂ ਪੀਤੀ ਆ ਓ ਬਾਈ ਐਨੇ ਚਿਰ ਬਾਅਦ ਇਕੱਠੇ ਹੋਏ ਆ ਸਾਰੇ ਮੈਂ ਕਿਹਾ ਕਰ ਲਈਏ ਸ਼ੁਗਲ ਮੇਲਾ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਕਿਹਾ ਸੀ ਜੇ ਆ ਕੁਛ ਆਪਾਂ ਕਰਾਂਗੇ ਯਾਰ ਛੋਟੇ ਭਰਾਵਾਂ ਨੂੰ ਕੀ ਸਮਝਾਵਾਂਗੇ ਬਾਈ ਖਾਸ ਬੰਦਿਆਂ ਵਾਸਤੇ ਇੰਨੀ ਕੁ ਛੂਟ ਤਾਂ ਹੁੰਦੀ ਹੈ ਉਹ ਯਾਰ ਬਾਈ ਤਾਂ ਲੱਗਦਾ ਗੁੱਸੇ ਹੋ ਗਿਆ ਉਹ ਐਮਐਲਏ ਅਸੂਲ ਸਾਰਿਆਂ ਲਈ ਬਰਾਬਰ ਲਾਗੂ ਹੁੰਦੇ ਆ ਬੰਦਿਆਂ ਦੇ ਹਿਸਾਬ ਨਾਲ ਚੇਂਜ ਥੋੜੀ ਹੁੰਦੇ ਆ ਨਾਲੇ ਤੈਨੂੰ ਬਾਈ ਦੇ ਸੁਭਾਅ ਦਾ ਤਾਂ ਪਤਾ ਹੀ ਯਾਰ ਚੱਲ ਬਾਈ ਨੂੰ ਮਨਾ ਲੈਨੇ ਆ ਉਹ ਬਾਈ ਤੇਰੇ ਨਾਲ ਉਹ ਪਿਆਰੀ ਆ ਯਾਰ ਮੈਨੂੰ ਇੰਨੇ ਚਿਰਾਂ ਬਾਅਦ ਮਿਲਿਆ ਆ ਲੈ ਚੱਲ ਤੇ ਪਾਣੀ ਨੇ ਜੱਸਣ ਕਹਿੰਦਾ ਏ ਉਹ ਨਾ ਹੀ ਕਦੇ ਬਹੁਤਾ ਹੰਕਾਰ ਕਰੀਏ ਨਾ ਹੀ ਕਦੇ ਲੋੜੋਂ ਵੱਧ ਢੇਰੀ ਚਾਹੀਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ ਆ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ ਕਾਲਜ ਚੋਂ ਖੱਟੇ ਯਾਰ ਬੈਲੀ ਨੇ ਤੇ ਬਾਪੂ ਕੋਲੋਂ ਸਿੱਖੇ ਹੋਏ ਅਸੂਲ ਨੇ ਯਾਰ ਜੱਸ ਵਿੱਚ ਖੜੇ ਹੋਏ ਹਾਥੀ ਜੇ ਸਿੱਧੀ ਗੱਲ ਕਰਦੇ ਹਜ਼ੂਰ ਨੇ ਯਾਰ ਜੱਸ ਵਿੱਚ ਖੜੇ ਹੋਏ ਹਾਥੀ ਜੇ ਸਿੱਧੀ ਗੱਲ ਕਰਦੇ ਹਜ਼ੂਰ ਨੇ ਉਹ ਵਾਰ ਕਰੀਦਾ ਠੋਕ ਕੇ ਉਹ ਕਿਤੇ ਤਿਰਛੇ ਦੇ ਵਾਂਗ ਨਹੀਂ ਉਹ ਮਾਰ ਪਾਈ ਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ ਆ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ ਹੱਕ ਕਿਸੇ ਮਾੜੇ ਦਾ ਹੱਕ ਛੱਡੀਦਾ ਨੀ ਮੂਰੇ ਚੰਗਾ ਦੇਖ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਫਤਿਹਗੜ੍ਹ ਸਾਹਿਬ ਵਿੱਚੋਂ ਗੱਡੀ ਲੰਘੂਗੀ ਤਾਂ ਲੰਘੂਗੀ ਜਨਾ ਮੱਥਾ ਟੇਕ ਕੇ ਉਹ ਜੀਦਾ ਕਰੀਦਾ ਦਿਲ ਤੋਂ ਹੀ ਕਰੀਏ ਉਤੋਂ ਉਤੋਂ ਕਦੇ ਨੀ ਸਕੀਮ ਲਾਈ ਦੀ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਆ ਅਸੂਲ ਚੇਂਜ ਕਰੀ ਦੇ ਨੀ ਬੰਦਾ ਦੇਖ ਕੇ ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈ ਦੀ ਅੱਗੇ ਲੱਗੀ ਪਈ ਆ ਜੀ ਉਹ ਤੜਕੇ ਸਟਾਰਟ ਕਰਿਆ ਸੀ ਨਾ ਜੀ ਥੋੜਾ ਜਿਹਾ ਦੱਸਿਆ ਤਾਂ ਸੀ ਜੀ ਤੁਹਾਨੂੰ ਉਹ ਖੜੇ ਖੜੇ ਦੀ
ਬੈਟਰੀ ਡਾਊਨ ਹੋ ਜਾਂਦੀ ਹੈ। ਓਹੋ ਇਹ ਤਾਂ ਛੇ ਕੇ ਬਹੁਤ ਮਾਰਦਾ ਜੀ। ਪਾਪਾ ਜਿਆਦੀ ਜੰਮਲੇ ਪਏ ਨੇ ਇਹ। ਮਾੜੀ ਮੋਟੀ ਸਟਾਰਟਰ ਵਾਲੀ ਗੱਲ ਤਾਂ ਲੱਗਦੀ ਨੀ, ਘੱਟੋ ਘੱਟ 100 ਮੀਲ ਚੱਲਿਆ ਲੱਗਦਾ। ਬਿਲਕੁਲ ਜੀ। ਇੰਜਣ ਬਹੁਤ ਵੱਡਾ ਜੀ, ਗਰਮ ਛੇਤੀ ਹੋ ਜਾਂਦਾ ਜੀ। ਤੁਹਾਡੇ utter a single word in front of me. Haan vi kaka, kithe gaye si raat? Oh putt, tusi na dove tyar ho ke zara gurdware jao. Ji biji. Gajjan bhaji ne gurdware ch khaya paath te ja ke seva karo changi tarah. Chal khire appa seva karni hai. Oh na na, main seva ta kar reha hai. Nahi chalo utthe tu shabd ta chal 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 nibed da lo seva ta teri bandi hai na hun ki hoya eh ta sochde hai bhai karnal nu kuch pata hi nahi baap ta baap hunda hai ha oh ta hai aao sikh sat guru ke pyariyo ਕਾਵੁ ਸੱਚੀ ਬਾਣੀ ਆਵੋ ਸਿੱਖ ਸਤਿ ਗੁਰੂ ਕੇ ਪਿਆਰਿਓ ਜਿਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਲੂ ਕਰੋ ਵੀ ਤਿਆਰੀ ਫਿਰ ਪ੍ਰਸ਼ਾਦੇ ਦੀ ਹਨਾ। ਹਾਂ ਬਾਈ। ਹੀਰਾ ਕਿੱਥੇ ਆ? ਹੀਰਾ ਬਾਈ ਅੱਜ ਤਾਂ ਫਿਰ ਬਾਹਰ ਹੀ ਹੋਣਾ ਨਾ। ਚੱਲ ਮੈਂ ਉਹਨੂੰ ਬੁਲਾ ਕੇ ਲੈ ਕੇ ਆਉਣਾ। ਠੀਕ ਆ ਬਾਈ। ਉਹ ਗੁਰੂ ਘਰ 'ਚ ਜੋੜਿਆਂ ਦੀ ਸੇਵਾ ਕਰਮ ਵਾਲਿਆਂ ਨੂੰ ਮਿਲਦੀ ਆ, ਕਰਲਾ ਕੀ ਪਤਾ ਤੇਰੀ ਬੱਕਰੀ ਲੋਟ ਹੋ ਜਾਏ। ਖੀਰੇ ਉਹ ਖੀਰੇ। ਹਾਂ ਬਾਈ। ਉਹ ਇੱਥੇ ਤਾਂ ਲੋੜ ਨਹੀਂ ਹੁਣ, ਆ ਜਾ ਅੰਦਰ ਸੇਵਾ ਕਰਾ। ਓਏ ਡਾਡਾ ਬਾਈ, ਤੁਸੀਂ ਪ੍ਰਸ਼ਾਦਾ ਛਕ ਲਓ ਬਾਈ, ਆ ਜਾਓ। ਤੂੰ ਜੁੱਤੇ ਪਵਾਵੇਂਗਾ ਸਾਡੇ ਯਾਰ। ਉੱਠ ਤੇਰਾ ਛਾਪ ਹੋਰਾ ਗੱਜਣ ਸਰਦਾਰ ਦਾ। ਹੱਤੋ ਲਾ ਹੱਤੋ ਲਾ, ਆ ਜਾਓ ਭਾਈ ਤੁਸੀਂ ਪ੍ਰਸ਼ਾਦਾ ਛਕ। ਓਏ ਅੰਦਰ ਜਾਣ ਕੇ ਹੁਣ। ਉਹ ਤੂੰ ਹੱਤੋ, ਆ ਜਾਓ ਪ੍ਰਸ਼ਾਦਾ ਛਕ ਲਓ ਭਾਈ। ਹੁਣ ਅਸੀਂ ਇਹਨਾਂ ਨਾਲ ਬੈਠ ਕੇ ਖਾਵਾਂਗੇ। ਗਲੀ ਵਾਲੇ ਕੁੱਟੇ ਹਰੇਕ ਨੂੰ ਨਹੀਂ ਸੌਦੇ ਹੁੰਦੇ। ਮੈਂ ਤਾਂ ਸੇਵਾ ਕਰਦਾ ਸੀ। ਸੇਵਾ ਕਰਦੀ ਔਕਾਤ ਹੈ ਤੇਰੀ? ਇਹਦੀ ਕੋਈ ਗਲਤੀ ਨਹੀਂ, ਇਹਨੂੰ ਮੈਂ ਲੈ ਕੇ ਆਇਆ ਜੀ ਉਰੇ ਸੇਵਾ ਕਰਨ ਲਈ। ਉਹ ਤੇਰਾ ਦਿਮਾਗ ਖਰਾਬ ਹੋਵੇ? ਇਹ ਸਰਦਾਰਾਂ ਨੇ ਪ੍ਰੋਗਰਾਮ ਕਰਵਾਇਆ ਤੇ ਤੂੰ ਇਹਨਾਂ ਕਲੈਣਾਂ ਨੂੰ ਸਿਰ ਤੇ ਬਿਠਾਈ ਫਿਰਦਾ। ਓਏ ਔਕਾਤ ਭੁੱਲੇ ਫਿਰਦੇ ਨੇ ਇਹ। ਇਹੀ ਚੀਜ਼ਾਂ ਨੂੰ ਖਤਮ ਕਰਨ ਲਈ ਇਹ ਊਚ ਨੀਚ ਜਾਤ ਪਾਤ ਮਹਾਰਾਜ ਨੇ ਪੰਗਤ ਦੀ ਪ੍ਰਥਾ ਚਲਾਈ ਸੀ। ਗੁਰਦੁਆਰਾ ਸਾਹਿਬ ਦੇ 4 ਦਰਵਾਜ਼ੇ, ਮਕਸਦ ਚਾਰੇ ਦਿਸ਼ਾਵਾਂ, ਕਿਸੇ ਵੀ ਮਜ਼ਹਬ ਦਾ ਕਿਸੇ ਵੀ ਜਾਤ ਦਾ ਬੰਦਾ ਆ ਕੇ ਸਤਿਕਾਰ ਸਹਿਤ ਨਤਮਸਤਕ ਹੋ ਸਕਦਾ ਤੇ ਭੇਟਾ ਦੇ ਸਕਦਾ। ਪਰ ਜੇ ਤੁਹਾਡੇ ਵਰਗੇ ਮੋਹਰੀ ਬੰਦੇ ਆਹ ਕੁਛ ਕਰਦੇ ਰਹੇ ਨਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਰੇਕ ਜਾਤ ਦਾ ਆਪਦਾ ਗੁਰਦੁਆਰਾ ਬਣਾਇਆ ਹੋਊਗਾ। ਓਏ ਤੂੰ ਮੱਤਾਂ ਨਾ ਦੇ ਮੈਨੂੰ, ਏ ਮੱਤਾਂ ਨਾ ਦੇ, ਆ ਤੇਰੀ ਚ ਬਣਾਏ ਹੋਏ ਨੇ ਸਾਰੇ। ਇਹ ਪਾਠ ਤੇ ਲੰਗਰ ਮੈਂ ਕਰਵਾਇਆ, ਮੈਂ ਇਹ ਹੋਈ ਹੋਊਗਾ ਜੋ ਮੈਂ ਚਾਹੂੰਗਾ। ਚਲੋ ਭੱਜੋ ਥੋ, ਚਲੋ। ਓਏ ਤੂੰ ਇੱਥੇ ਖੜਾ, ਚਲ ਭੱਜੋ ਥੋ। ਹੈਲੋ, ਗੁਰਦੁਆਰਾ ਸਾਹਿਬ ਕਿਸੇ ਦੀ ਜੱਦੀ ਜਾਇਦਾਦ ਨਹੀਂ, ਸਾਰੇ ਨਗਰ ਦਾ ਸਾਂਝਾ ਸਥਾਨ ਹੈ। ਇੱਥੇ ਕੋਈ ਵੀ ਕਿਸੇ ਵੇਲੇ ਵੀ ਮਰਿਆਦਾ ਅਨੁਸਾਰ ਆ ਕੇ ਸੇਵਾ ਕਰ ਸਕਦਾ ਹੈ ਔਰ ਭੇਟਾ ਦੇ ਸਕਦਾ ਹੈ। ਜੇ ਕਿਸੇ ਨੂੰ ਇਹ ਵਹਿਮ ਹੋਵੇ ਕਿ ਮੇਰੇ 51 ਰੁਪਈਏ ਦੇਣ ਨਾਲ ਮੈਂ ਗੁਰੂ ਘਰ ਦੇ ਅੱਜ ਦੇ ਦਿਨ ਲਈ ਚੌਧਰੀ ਬਣ ਗਿਆ, ਇਹ ਗੱਲ ਉਸਨੂੰ ਆਪਣੇ ਦਿਮਾਗ ਚੋਂ ਕੱਢ ਦੇਣੀ ਚਾਹੀਦੀ ਹੈ। ਕਿਉਂਕਿ ਗੁਰੂ ਘਰ ਦੀ ਮਰਿਆਦਾ ਨਾਲ, ਇੱਥੋਂ ਦੇ ਅਸੂਲਾਂ ਨਾਲ, ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ ਜਾਏਗਾ। ਜਿਸ ਕਿਸੇ ਨੂੰ ਇਸ ਗੱਲ ਦੀ ਰੱਤੀ ਭਰ ਵੀ ਤਕਲੀਫ ਹੈ
ਉਹ ਇੱਥੋਂ ਆਪਣੀ ਤਸ਼ਰੀਫ ਲਿਜਾ ਸਕਦਾ। ਹਾਂ, ਬਾਕੀ ਸਾਰੇ ਮਾਈ ਭਾਈ, ਸਾਰੇ ਨਗਰ ਨਿਵਾਸੀ, ਸਾਰੇ ਬੱਚੇ ਇੱਥੇ ਪੰਗਤ ਦੇ ਵਿੱਚ ਸੱਜ ਕੇ ਪ੍ਰਸ਼ਾਦਾ ਛਕੋ। ਬੈਠੋ ਜੀ, ਬੈਠੋ ਮਾਤਾ ਜੀ, ਬਹਿ ਜਾਓ, ਬੈਠੋ ਬਾਈ, ਬੈਠੋ ਬੈਠੋ। ਓ ਖੀਰੇ। ਹਾਂ ਬਾਈ। ਹੋ ਜਾ ਫਿਰ ਕਿਹੜਾ। ਚੰਗਾ ਬਾਈ, ਜਾਣਾ ਹੁਣ। ਠੀਕ ਆ, ਕੰਮ ਬਹੁਤ ਅੱਜ। ਮਾਤਾ ਮੱਥਾ ਟੇਕਦਾ। ਬੇ ਮੰਜਾ ਲਿਆ ਸਰਜੀਤ ਵਾਸਤੇ। ਨਹੀਂ ਮਾਤਾ, ਮੈਂ ਪੀੜੀ ਤੇ ਠੀਕ ਆ। ਕੀ ਬਣਾਉਣ ਲੱਗੀ ਆ ਇਹ ਦੱਸ। ਰੋਟੀ ਬਣਾ ਰਹੀ ਸੀ ਪੁੱਤ, ਤੂੰ ਵੀ ਖਾ ਲੈ ਗਰਮ ਗਰਮ। ਆ ਲੈ, ਲਿਆ ਸਬਜ਼ੀ ਪਾ ਦੇ। ਆ ਬਹਿ ਜਾ। ਹੋ ਤੂੰ ਆ ਪਾਥੀ ਨਾ ਤੋੜਦੀ ਪੁੱਤ। ਕੱਲ ਜੋ ਕੁਛ ਵੀ ਹੋਇਆ ਚੰਗਾ ਨਹੀਂ ਹੋਇਆ। ਨਾਲੇ ਤੂੰ ਐਂ ਨਾ ਕਰਿਆ ਕਰ, ਲੋਕਾਂ ਚਾਰ ਹੀ ਦੇਖਣਾ ਪੈਂਦਾ। ਨਾਲੇ ਪੁੱਤ ਸੁਸਤਾ ਸਰਦਾਰ ਤੇ ਅਸੀਂ, ਸਾਡਾ ਤੁਹਾਡਾ ਕੀ ਮੇਲ ਹੈ ਪੁੱਤ। ਬੇਬੇ ਸਹੀ ਕਹਿ ਰਹੀ ਆ ਬਾਈ, ਇਹ ਜਾਤ ਪਾਤ ਧਰਮ ਸਭ ਦੇਖਣਾ ਪੈਂਦਾ ਬਾਈ, ਮਾਲਕ ਦੇ ਰੰਗ ਨੇ। ਹੀਰੇ, ਮਾਲਕ ਨੇ ਤਾਂ ਬੰਦਾ ਬਣਾਇਆ, ਜਾਤਾਂ ਬੰਦੇ ਨੇ ਬਣਾਈਆਂ ਨੇ। ਤੇ ਮਾਤਾ ਬਾਣੀ ਕਹਿੰਦੀ ਆ, ਅਵਲ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਚੱਲ ਮਾਤਾ, ਹੁਣ ਤੂੰ ਰੋਟੀ ਖਿਲਾਉਣ ਦੀ ਮਾਰੀ ਨਾ ਏ ਕਹੀ। ਚੱਲ ਲੈ ਪੁੱਤ, ਮੈਂ ਚਟਨੀ ਵੀ ਬਣਾਈ ਆ, ਆ ਲੈ। ਆ ਬਣੀ ਆ ਨਾ ਗੱਲ। ਆ ਹਾਂ, ਖਵਾ ਦੇ ਇਹਨੂੰ ਚਟਨੀ, ਤੇਰੇ ਵਾਸਤੇ ਕਿਉਂ ਵੀ ਰੱਖਿਆ ਇਹਨੇ ਸਾਂਭ ਕੇ। ਖਵਾ ਦੇ ਇਹਨੂੰ ਸਾਰਾ ਮੌਲੇ ਬਲਦ ਨੂੰ, ਫਿਰ ਮੈਨੂੰ ਕਹਿੰਦੀ ਆ ਤੇਰੇ ਚ ਤਾਂ ਜਾਣ ਪੁਰਾਣੇ ਹੈ ਨੀ। ਪੂਰਾ ਤੈਨੂੰ ਤਾਂ ਪਤਾ ਸਭ ਦਾ। ਮੱਚਦਾ ਇਹ ਮੱਚਦਾ। ਆ ਲੈ ਬੇਲਾ, ਹੱਥਾਂ ਨਾਲ ਹੀ ਬੇਲਾ ਰੋਟੀ ਖਾ ਤਾਂ ਚੱਲਿਆ। ਦੇਖਿਓ ਬੀਜੀ। ਵਾਹ, ਕੁੜੀ ਤਾਂ ਬੜੀ ਸੋਹਣੀ ਹੈ। ਹਾਂਜੀ ਬੀਜੀ, ਵੀ ਕਹਿੰਦੇ ਘਰ ਬਾਰ ਵੀ ਚੰਗੇ ਤੇ ਪੜ੍ਹੀ ਲਿਖੀ ਵੀ ਹੈ। ਗੁੱਲੂ ਬੀਜੀ, ਕੁੜੀ ਤਾਂ ਮੁਮਤਾਜ ਵਰਗੀ ਹੈ ਨਾ। ਪੁੱਛਦੀ ਆ ਪਾਪਾ ਤੋਂ। ਪਾਪਾ, ਕੁੜੀ ਤਾਂ ਸਾਨੂੰ ਸਾਰਿਆਂ ਨੂੰ ਪਸੰਦ ਹੈ, ਵੀਰਾ ਮੰਜੂ। ਮੰਨੂ ਕਿਵੇਂ ਨੀ, ਆਪਾਂ ਨੇ ਤਾਂ ਆਰਡਰ ਕਰਨਾ, ਪੁੱਛਣਾ ਥੋੜੀ ਹੈ। ਯਾਨੀ ਤੁਹਾਡਾ ਫੈਸਲਾ ਇਹ ਟੱਲੇ ਆ ਹੈ। ਚਲੋ ਫਿਰ ਕਰੋ ਮਰਜ਼ੀਆਂ। ਤੇਰੀ ਬਣ ਨਹੀਂ ਜੋੜੀ ਆ। ਤਿਆਰੀਆਂ ਸ਼ੁਰੂ ਹੋ ਗਈਆਂ ਫਿਰ ਹੈ। ਜੇ ਕਿਸੇ ਨੇ ਭਾਬੀ ਦੀ ਫੋਟੋ ਵੇਖਣੀ ਹੋਵੇ ਤਾਂ ਵੇਖ ਸਕਦਾ। ਇਹਨੂੰ ਦੇਖਣ ਨੂੰ ਕੀ ਆ, ਪਤਾ ਹੀ ਆ ਕੀ ਸਵਾਹ ਉਡਾਉਣੀ ਆ ਤੁਸੀਂ। ਸਵਾਹ ਨੀ ਵੀਰੇ, ਵਾਹ ਵਾਹ ਕਰਾਤੀ ਆ। ਫੇਰ ਪਸੰਦ ਕਿਹਨੇ ਕੀਤੀ ਹੈ? ਮੈਂ ਕੀਤੀ ਹੈ। ਕਿਹਨੇ ਕੀਤੀ ਹੈ? ਮੈਂ। ਵੈਸੇ ਭਾਬੀ ਸਾਡੀ ਸੋਨੇ ਵਰਗੀ ਹੈ, ਜੇ ਕਿਸੇ ਨੇ ਵੇਖਣੀ ਹੋਵੇ ਤਾਂ।
ਫਾਹਾ ਚਾਹੇ ਸੋਨੇ ਦਾ ਹੋਵੇ ਫਾਹਾ ਹੀ ਹੁੰਦਾ। ਚੱਲ ਵੀਰੇ, ਇੱਥੇ ਨੀ ਕਿਸੇ ਨੂੰ ਚਾਹ ਹੈਗਾ ਫੋਟੋ ਵੇਖਣ ਦਾ, ਚੱਲ। ਓ ਦੇਖ ਲੈਣਾ, ਉਹ ਮੇਰਾ ਤਾਂ ਨੀ ਜੀ ਕਰਦਾ ਪਰ ਤੇਰੇ ਕਰਕੇ ਦੇਖ ਲੈਣਾ। ਉਹ ਗੱਲ ਤਾਂ ਨੀ ਹੈ ਤੇਰੇ ਵੀਰੇ ਵਾਲੀ ਪਰ ਉਹ ਮੈਨੂੰ ਤੁਹਾਡੇ ਤੋਂ ਇੰਨੀ ਕੁ ਵੀ ਉਮੀਦ ਹੈ ਨਹੀਂ ਸੀ। ਉਹ ਲੈ ਜਾ ਤੇਰੇ ਸੋਨੇ ਰੰਗੇ ਫਾਹੇ ਨੂੰ। ਆ ਚੱਕ ਤੇਰੇ ਫਾਹੇ ਦੀ ਫੋਟੋ, ਜਦੋਂ ਜੀ ਕੀਤਾ ਵੇਖ ਲਈ, ਚੱਲ। ਤਸਵੀਰ ਵਿੱਚੋਂ ਨਿਕਲ ਕੇ ਬਾਹਰ ਆ ਜਵੇ, ਮੇਰੇ ਸ਼ੀਸ਼ੇ ਵਿੱਚ ਦੀ ਸ਼ਿੰਗਾਰ ਲਾ ਜਵੇ, ਐਸਾ ਭਾਗਾ ਵਾਲਾ ਉਹ ਦਿਨ ਆ ਜਵੇ, ਨਿੱਕੀ ਭੈਣ ਸ਼ਗਨ ਮਨਾਊਗੀ। ਓ ਸਿੰਗਲ ਤੋਂ ਯਾਰ ਥੋਡਾ ਟਵਲ ਹੋਇਆ, ਇੱਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ। ਓ ਸਿੰਗਲ ਤੋਂ ਯਾਰ ਥੋਡਾ ਟਵਲ ਹੋਇਆ, ਚੂੜੇ ਵਾਲੀ ਜ਼ਿੰਦਗੀ ਚ ਆਊਗੀ। ਚੁਣ ਚੁਣ ਕੇ ਖਰੀਦੂ ਰੰਗ ਮੈਨੂੰ ਪੱਗਾਂ ਦੇ, ਦੇਖੀ ਰਾਜਿਆਂ ਦੇ ਵਾਂਗ ਉਹ ਸਜਾਊਗੀ। ਓ ਸਿੰਗਲ ਤੋਂ ਯਾਰ ਥੋਡਾ ਟਵਲ ਹੋਇਆ, ਇੱਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ। ਓ ਸਿੰਗਲ ਤੋਂ ਯਾਰ ਥੋਡਾ ਟਵਲ ਹੋਇਆ, ਇੱਕ ਚੂੜੇ ਵਾਲੀ ਜ਼ਿੰਦਗੀ ਚ ਆਊਗੀ।
कचड़ते हाथ चुक्या तू, कचड़ते हाथ चुक्या तू, कचड़ते भाई। चाचा मैं तेरी मारना नहीं सी, पर तू हरकत बहुत नीच की थी। ओए भाई ने चमड़ा रखा तेनू, ओदे लाड प्यार ने चमलाया तेनू। मैं बथेरा समझाया सी भाई नू, ओए ना पाले इस कबीज नू। कबीज नू पालिया? चाचा जबान संभाल के बोल, आ की बदघट बोली जाना। हाँ सच है, हे करनल चाके लिया सी तेनू, थले डिगे पे नू। नहीं ता जिवें तेरे अगले पिछले मर मुक गए ना, तू भी अई मर मुक जाना सी बड़ा सरदार। सच यही है तेरी असली औकात। औकात की? तेरा तो कोई वजूद ही नहीं है। बड़ा सरदार बने फैदा, बड़ा तेरी सरदारी है? गड्डा तेरी सरदारी? सरदार जी, ओ भाई सरदार जी ना मारो, चरजीत भाई ले जाओ दे बड़े सरदार नो। किरे भाई सरदार जी बोल दे नहीं, चरजीत भाई। चिंता ना करो, जल्दी ठीक हो जाएगा। इनू कुछ शौक लगे, दवाई मैं देती, इहदे आराम दा ते नींद दा ध्यान रखो। मैं चलदा। बीजी मैनू गजण ने बहुत कुछ बोलिया, ते मैं वो सब कुछ महसूस भी किया। पर तुसी मैनू कदे क्यों नहीं कुछ दस्या? पुत्तर, नाजुक रिश्तियां दी बुनियाद कच जी हुंदी है, जिहड़ी कई वारी माड़ी जी ठोकर नाल टुट जांदी। बस उसे ठोकर तो डरती रही। पर बीजी सच की है, मैं थोड़े मुंहों सुनना चाहना। पुत्तर, तू परमात्मा वल्लों मिली मैनू वो दात है जेड़ी मैनू बहुत अजीज है। और जिथे तक सच का सवाल है, सुन गल उस वेले दी है जदों साडे मुल्क का बंटवारा हो रहा सी। बंदा बंदे नू जानवरां दी तरह मार रहा सी।
धर्म के नाम से इंसानियत का कतल हो रहा है। उस वेले तेरे बापू जी डिप्टी सन, असी फरीदकोट रियासत विच रहिंदे सी। Such a dreadful scene that was. ਐਡਾ ਵੱਡਾ ਕਤਲੇਆਮ ਦੇਖ ਕੇ ਮੈਂ ਤਾਂ ਹੁਣ ਤੱਕ ਅੰਦਰੋਂ ਕੰਬੀ ਜਾਂਦਾ। ਧਰਮ ਦੇ ਨਾਂ ਤੇ ਐਡਾ ਵੱਡਾ ਪਾਪ, ਇਹਦੇ ਨਾਲੋਂ ਤਾਂ ਧਰਮ ਹੀ ਚੰਗੇ। ਜਨਾਬ ਜਨਾਬ, ਇੱਕ ਬੱਚਾ ਜਿਉਂਦਾ ਮਿਲਿਆ ਜਨਾਬ। ਐਡੇ ਵੱਡੇ ਲਾਸ਼ਾਂ ਦੇ ਢੇਰ ਚੋਂ ਇੱਕੋ ਸੁਰਜੀਤ ਮਿਲਿਆ। ਨਫ਼ਰਤ ਕਰਨਾ ਨਹੀਂ, ਪਿਆਰ ਕਰਨਾ ਸਿਖਾਉਂਦਾ। ਮਾਸੂਮਾਂ ਨੂੰ ਮਾਰਨਾ ਨਹੀਂ, ਜੀਵਨ ਦਾਨ ਦੇਣਾ ਸਿਖਾਉਂਦਾ। ਹੁਣ ਨਿੱਕਾ ਜਿਹਾ ਬੱਚਿਆ ਤਾਂ ਤੁਸੀਂ ਇਹਨੂੰ ਲੈ ਕੇ ਆਏ ਨਾ, ਇਸ ਦੇ ਪਿੱਛੇ ਵੀ ਤੁਹਾਡਾ ਧਰਮ ਹੀ ਤੇ ਸੀ। ਸਰਦਾਰਨੀਏ, ਤੈਨੂੰ ਦੇਣ ਲਈ ਮੇਰੇ ਕੋਲ ਕੋਈ ਤਰਕ ਨਹੀਂ। ਇਹਦੀ ਸ਼ਨਾਖਤ ਵਾਸਤੇ ਕਿਹਾ ਹੋਇਆ, ਕੱਲ੍ਹ ਨੂੰ ਇਹਨੂੰ ਕੈਂਪ 'ਚ ਛੱਡਾਵਾਂਗੇ। ਉਹ ਰਾਤ ਮੈਨੂੰ ਇੱਕ ਅਜੀਬ ਜਿਹੀ ਖੁਸ਼ੀ ਮਹਿਸੂਸ ਹੋ ਰਹੀ ਸੀ ਤੇ ਮੈਂ ਤੇਰੇ ਵੱਲ ਵੇਖੀ ਜਾ ਰਹੀ ਸੀ। ਜਦੋਂ ਮੈਂ ਤੈਨੂੰ ਗਲ ਨਾਲ ਲਾਇਆ ਨਾ, ਤਾਂ ਇੱਕ ਸਕੂਨ ਜਿਹਾ ਮਹਿਸੂਸ ਹੋਇਆ। ਕੁਝ ਸਮਝ ਨਹੀਂ ਸੀ ਆ ਰਿਹਾ, ਪਰ ਫਿਰ ਵੀ ਇੱਕ ਅਹਿਸਾਸ ਸੀ। ਤੇਰੇ ਨਾਲ ਖੇਡਦੀ ਮੈਂ ਜਿੰਨਾ ਹੱਸੀ ਨਾ, ਇੰਨੀ ਖੁਸ਼ ਤਾਂ ਸ਼ਾਇਦ ਮੈਂ ਕਦੇ ਵੀ ਨਹੀਂ ਸੀ। ਤੇ ਫਿਰ ਤੇਰੇ ਬਾਪੂ ਜੀ ਤੈਨੂੰ ਮੇਰੇ ਕੋਲੋਂ ਫੜ ਕੇ ਜਾਣ ਲੱਗੇ ਤੇ ਮੇਰੇ ਦਿਲ ਨੂੰ ਇੱਕ ਹੌਲ ਜਿਹਾ ਪਿਆ। ਸਰਦਾਰ ਜੀ, ਤੁਸੀਂ ਤਾਂ ਕਹਿੰਦੇ ਸੀ ਕਿ ਕਾਫਲੇ 'ਚ ਸਾਰੇ ਜਣੇ ਮਾਰੇ ਗਏ, ਫਿਰ ਇਸ ਨਿੱਕੇ ਜਿਹੇ ਨਿਆਣੇ ਨੂੰ ਰਿਫਿਊਜੀ ਕੈਂਪ 'ਚ ਕਾਹਨੂੰ ਰੋਲਣਾ? ਖੁਦ ਹੀ ਤਾਂ ਕਹਿੰਦੇ ਹੋ ਕਿ ਇਕੱਲਾ ਹੀ ਸੁਰਜੀਤ ਸੀ, ਫਿਰ ਕਿਉਂ ਨਾ ਇਸ ਸੁਰਜੀਤ ਨੂੰ ਅਸੀਂ ਆਪਣਾ ਸੁਰਜੀਤ ਬਣਾ ਲਈਏ। ਮੇਰਾ ਪੁੱਤ, ਤੇਰੇ ਬਾਪੂ ਜੀ ਨੇ ਇਸ ਕੰਮ 'ਚ ਮੇਰਾ ਸਾਥ ਦਿੱਤਾ। ਤੇਰੇ ਆਉਣ ਦੇ ਨਾਲ ਤਾਂ ਘਰ 'ਚ ਜਿਵੇਂ ਖੁਸ਼ੀਆਂ ਆ ਗਈਆਂ। ਤੇਰੀ ਉਮਰ ਕੋਈ ਉਸ ਵੇਲੇ 3 ਕੁ ਸਾਲ ਦੀ ਹੋਣੀ ਹੈ। ਤੈਨੂੰ ਪੁੱਛੀਏ ਤਾਂ ਤੂੰ ਆਪਣਾ ਨਾਂ ਮੁਹੰਮਦ ਦੱਸਦਾ ਹੁੰਦਾ ਸੀ। ਤੇਰੇ ਤੋਂ ਬਾਅਦ ਘਰ 'ਚ ਗੁੱਡੀ ਆਈ ਤੇ ਉਸ ਤੋਂ ਬਾਅਦ 3 ਵੀਰ ਆਏ ਤੇ ਘਰ ਖੁਸ਼ੀਆਂ ਨਾਲ ਭਰਦਾ ਗਿਆ।
देर बाद तेरे पिता जी ने पुलिस छड़ के आर्मी ज्वाइन कर ली ते असी फरीदकोट तो इत्थे रहण आ गए। बस पुत, ये है साडा सच। थोड़ा बीजी मैं दे कई जन्म नहीं दे सकता। तुसी एक मिट्टी जी दे कोई पछाण नहीं, कोई वजूद नहीं। उन्हें एडे वे घर का सरदार बना के रखे। पर सरदार मोहम्मद चल हूँ बच भी कर यार, किन्ने दिन हो गए तेन आए फिक्र च डुबे न, रोज ही कबेला कर देना तू नाले घर दे पता किन्ना फिक्र कर दिया तेरा। हूँ पता नहीं केड़िया खोजा च पै तू। वो यार मेरे समझ नहीं आती, रब ने सारा कुछ दिता तेन होर की चाहिदा, जमीन जायदाद घर परिवार छरदारी। तू हमेशा कहता रहना खीरे यही गल, जमीन जायदाद सरदारी, मेरी उच्ची जात तेरी नीवी, पर हुण कहानी समझ नहीं आती खीरे, हुण नहीं कहानी समझ आती। मेरे नाम तो लख दर्जे चंगा, तेनू तेरी जात का पता, तेरा वजूद पता, ते मैं ना जात, मैं तो वजूद भी नहीं पता मेरा। ओए ना यार ऐसी जो गल ना कर तू, मेरा दिल जा कटदा। पता तो करना पैना की रहा, पता तो करना पैना, जाना पैना, अजे तक गल बननी नहीं, जाना पैना की रहा, तुरना पैना। ओए रब्बा आए ना कर, हीरे वर्गा यार मेरा आए ना रो, उन्हें जो चाहिए वो दे दे, बस तड़पा ना बेचारे तड़पा ना। बस जी जिन्ना क पता सी मैनू तुहानू दसता, कहड़ा महकमा दस्या सी अपना
psychology, sixth sense, physical therapy, immigration department, vipag. Vipag. Chandigarh to aaye hain. Bahut important department hai Punjab da. Jede apne baba ji 1947 nu parivar ujjad gaye si na, unna nu malai da si. ਤੇ ਉਹਨਾਂ ਨੂੰ ਆਪਾਂ ਪੈਸੇ ਵਗੈਰਾ ਦੇਈਦੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਲੱਭ ਕੇ ਉਹਨਾਂ ਦੇ ਘਰ ਤੱਕ ਪਹੁੰਚਾਈਏ। ਉੱਥੇ ਤਾਂ ਜਾਇਆ ਜੀ ਅਸੀਂ, ਥੋੜਾ ਜਿਹਾ ਲੱਭਣ ਤੋਂ ਬਾਅਦ ਨਾ ਇੱਕ ਬੁੱਢਾ ਮਿਲ ਗਿਆ ਸਾਨੂੰ। ਹਾਂ, ਉਹਦੇ ਦੱਸਣ ਅਨੁਸਾਰ ਉਹ ਉਸੇ ਕਾਫਲੇ 'ਚ ਸੀਗਾ ਜੀ। ਓਕੇ। ਤੇ ਉਹਨੂੰ ਇਹ ਵੀ ਪਤਾ ਵੀ ਇੱਕ ਬੱਚਾ ਬਚਿਆ ਸੀ ਤੇ ਉਹ ਕਹਿੰਦਾ ਜਿੰਨਾ ਕੁ ਉਹਨੇ ਸੁਣਿਆ ਵੀ ਉਹਨੂੰ ਡਿਪਟੀ ਤੱਖੜ ਲੈ ਗਿਆ ਸੀ। ਅੱਛਾ, ਜੇ ਉਹਨੂੰ ਇਹ ਪਤਾ ਕਿ ਉਹਨੂੰ ਡਿਪਟੀ ਤੱਖੜ ਲੈ ਗਿਆ ਸੀ ਫਿਰ ਤਾਂ ਹੋਰ ਵੀ ਬਹੁਤ ਕੁਛ ਪਤਾ ਹੋਊ, ਪਰ ਉਹਨੇ ਸਾਨੂੰ ਨਹੀਂ ਕੁਛ ਵੀ ਦੱਸਿਆ। ਉਹਦਾ ਕੁਛ ਪਤਾ ਪਤਾ? ਹਾਂਜੀ ਹਾਂਜੀ ਹੈਗਾ ਜੀ। ਠੀਕ ਹੈ, ਫਿਰ ਮੈਂ ਉਹਨੂੰ ਇੱਥੇ ਬੁਲਾਉਣਾ। ਬੜਾ ਮਾੜਾ ਟਾਈਮ ਸੀ ਜੀ, ਬਹੁਤ ਵੱਡਾ ਹਮਲਾ ਹੋਇਆ ਸੀ, ਮੈਂ ਇਕੱਲਾ ਸੀ, ਇੱਧਰ ਰਹਿ ਗਿਆ, ਪਰ ਬਾਕੀ ਲੋਕਾਂ ਤੋਂ ਪਤਾ ਲੱਗਾ ਇੱਕ ਬੱਚਾ ਬਚਿਆ ਸੀ। ਹੋ ਸਕਦਾ ਹੈ ਉਹ ਆਪਣਾ ਰਫੀਕ ਹੀ ਹੋਵੇ। ਮੈਂ ਸੁਣਿਆ ਉਸ ਬੱਚੇ ਨੂੰ ਤੁਸੀਂ ਸੰਭਾਲਿਆ ਸੀ, ਤੁਸੀਂ ਲੈ ਕੇ ਆਏ ਸੀ ਨਾ? ਇਹ ਸੁਰਜੀਤ ਹੈ ਸਾਡਾ, ਤੁਹਾਡੇ ਕਹਿਣ ਮੁਤਾਬਿਕ ਰਫੀਕ। ਤੇ ਹੋ ਗਿਆ ਸੀ ਤੁਹਾਡੀ ਤਾਰ ਪੜ ਕੇ, ਇਸੇ ਵਾਸਤੇ ਮੈਂ ਖਤ ਲੈ ਕੇ ਆਇਆ। ਇਹ ਖਤ ਇਹਦੀ ਅੰਮੀ ਨੇ ਲਿਖਿਆ ਸੀ, ਉਸਨੇ ਲਿਖਿਆ ਵਹਿ ਤੇ ਰੁਲਦੀ ਰੁਲਾਦੀ ਇੱਥੇ ਪਹੁੰਚ ਗਈ ਆ, ਪਰ ਰਫੀਕ ਉੱਥੇ ਹੀ ਰਹਿ ਗਈ। ਇਹਦੀ ਅੰਮੀ ਦੀ ਹਾਲਤ ਬੜੀ ਨਾਜ਼ੁਕ ਹੈ, ਰਫੀਕ ਨੂੰ ਯਾਦ ਕਰ ਕਰਕੇ। ਨਾਲੇ ਇਹ ਵੀ ਲਿਖਿਆ ਮੈਂ ਪਤਾ ਕਰਾਂ ਜੇ ਰਫੀਕ ਬਾਰੇ ਕੁਝ ਪਤਾ ਲੱਗਦਾ ਹੈ ਤਾਂ, ਪਰ ਕੋਈ ਰਾਬਤਾ ਹੀ ਨਹੀਂ ਹੋਇਆ। ਇਸ ਚਿੱਠੀ ਨੂੰ ਅੱਜ 19 ਸਾਲ ਹੋ ਗਏ ਨੇ, ਪੂਰੇ 19 ਸਾਲ। ਪੁੱਤਰਾ ਪੁੱਤਰਾ ਬੜੀ ਕੋਸ਼ਿਸ਼ ਕੀਤੀ ਸੀ ਤੈਨੂੰ ਲੱਭਣ ਦੀ, ਬੜੀ ਕੋਸ਼ਿਸ਼ ਕੀਤੀ ਸੀ, ਹੁਣ ਤੇ ਇਹੀ ਦੁਆਏ ਤੇ ਤੈਨੂੰ ਮਿਲਣ ਵਾਸਤੇ ਤੇਰੀ ਅੰਮੀ ਚਾਹੁੰਦੀ ਹੋਵੇ ਪੁੱਤਰਾ। ਚੰਗੇ ਭਲੇ ਵਸਦੇ ਸੀ ਲੀਕ ਉੱਤੋਂ ਲੈ ਗਏ,
ਖੁਸ਼ੀਆਂ ਦੀ ਮਾਲਾ ਉਦੋਂ ਖੇਰੂ ਖੇਰੂ ਹੋ ਗਈ ਚਾਣ ਚੱਕ ਮਾਰ ਜਦੋਂ ਪੈ ਗਈ ਅਤੀਤਾਂ ਦੀ ਕਾਲ ਜੇ ਚੋਰੋ ਕਰੋ ਕਰਖਾਂ ਵਾਜ ਚੀਸਾਂ ਦੀ ਨੀ ਫੇਰ ਲੋੜ ਪੈ ਗਈ ਮਾਏ ਤੇਰੀਆਂ ਅਸੀਸਾਂ ਦੀ ਨੀ ਫੇਰ ਲੋੜ ਪੈ ਗਈ ਮਾਏ ਤੇਰੀਆਂ ਅਸੀਸਾਂ ਦੀ ਫੇਰ ਲੋੜ ਪੈ ਗਈ ਮਾਏ ਤੇਰੀਆਂ ਅਸੀਸਾਂ ਦੀ ਤੁਹਾਨੂੰ ਵੀ ਦੁੱਧ ਪਾਵਾਂ ਬੀਜੀ ਹਾਂ ਪਾ ਦੇ ਨਿੱਕੀ ਸੌਂਗੀ ਸਾਰੇ ਜਾਣੇ ਸੌਂਗੇ ਬੀਜੀ ਵੀਰਾ ਵੀ ਆ ਗਿਆ ਵੀਰੇ ਦੁੱਧ ਨਾ ਸੁਰਜੀਤ ਇੰਨਾ ਡੁਣਵੱਟਾ ਜਿਹਾ ਕਾਹਨੂੰ ਬਣਿਆ ਬੈਠਾ ਇੱਧਰ ਆ ਕੇ ਬੈਠ ਸਾਰਿਆਂ 'ਚ ਕੀ ਹੋ ਗਿਆ ਇਹਦਾ ਵੀ ਪਤਾ ਨਹੀਂ ਲੱਗਦਾ ਮੈਂ ਕੀ ਕਿਹਾ ਸੁਣਿਆ ਨਹੀਂ ਤੈਨੂੰ ਆ ਕੇ ਬੈਠ ਇੱਥੇ ਬੀਜੀ ਮੈਂ ਪਾਕਿਸਤਾਨ ਜਾਣਾ ਦੱਸੋ ਪਾਕਿਸਤਾਨ ਜਾਣਾ ਨਵੀਆਂ ਨਵੀਆਂ ਗੱਲਾਂ ਉੱਥੇ ਕਿੱਥੇ ਜਾਣਾ ਤੇ ਕਿਵੇਂ ਜਾਣਾ ਨਾਲੇ ਨਾ ਕਿਸੇ ਨਾਲ ਜਾਣ ਨਾ ਪਛਾਣ ਜਾਣਾ ਇਹਨੇ ਪਾਕਿਸਤਾਨ ਜਿੱਥੋਂ ਚਿੱਠੀ ਆਈ ਆ ਬੀਜੀ ਉੱਥੇ ਜਾਊਂਗਾ 17 ਸਾਲ ਪੁਰਾਣੀ ਚਿੱਠੀ ਹੈ ਉਸ ਤੋਂ ਬਾਅਦ ਦੀ ਕੋਈ ਸੁੱਖ ਸਾਂਦ ਨਹੀਂ ਅਤਾ ਪਤਾ ਨਹੀਂ ਉਹ ਕਹਿ ਕੇ ਨਹੀਂ ਗਿਆ ਕਿ ਉਸ ਤੋਂ ਬਾਅਦ ਦਾ ਕੁਛ ਨਹੀਂ ਪਤਾ ਐਵੇਂ ਤੂੰ ਤਾਂ ਸੋਚਣ ਲੱਗ ਜਾਂਦਾ ਆ ਦੇਖ ਚੂਰੀ ਬਣਾਈ ਮੈਂ ਤੇਰੇ ਲਈ ਮੈਂ ਤਾਂ ਖਵਾਣੀ ਇਹਨੂੰ ਮੂੰਹ ਮਿੱਠਾ ਕਰਨਾ ਇਹਦਾ ਤੇ ਆਪਾਂ ਨਾ ਇੱਕ ਸ਼ਗਨ ਕਰਨਾ ਇਹਦਾ ਪੱਕਾ ਤੇ ਨਾਲੇ ਮੈਂ ਲੈ ਕੇ ਆਣੀ ਇਹਨੂੰ ਛੇਤੀ ਦੇਣੀ ਹਾਂ ਠੀਕ ਹੈ ਆਪਾਂ ਹੁਣ ਇਸ ਸਾਲ ਦੇ ਵਿੱਚ ਤਾਂ ਨੂੰ ਲੈ ਕੇ ਹੀ ਆਣੀ ਪੱਕਾ ਪਾਕਿਸਤਾਨ ਜਾਣਾ ਮੇਰੇ ਤੋਂ ਵੱਧ ਭਾਗਾਂ ਵਾਲਾ ਕੌਣ ਹੋਊ ਬੀਜੀ ਜਿਹਨੂੰ ਦੋ ਮਜ਼ਹਬ ਮਿਲੇ ਤੇ ਦੋ ਮਾਵਾਂ ਤੁਹਾਡੀ ਬਾਬਾ ਜੀ ਨੇੜੇ ਹੋ ਕੇ ਸੁਣ ਲੈਂਦੇ ਆ ਅਰਦਾਸ ਕਰਿਓ ਜਿਹਨੂੰ ਮਿਲਣ ਚੱਲੇ ਆ ਸਹੀ ਸਲਾਮਤ ਹੋਵੇ
ते मिल जावे। चंगा चंगा बोल, सब सही होगा। बड़ा सियाना बनिया फिरदे अजकल। अले पाके रखी तेरी बेबी चेते रो तेनू ते नाले बाहर इहदा परमात्मा नूं चेते कर लई आवी जी। तुहानूं चेते कर लई मैनूं इहदी लोड़। ते कोई ना पाठ कर लिया करना मैं। तुसी खा पी लिया करो टाइम ना। ते नाले सच करनल साहब दा ख्याल रखियो। करम छेती हो जाते। बाकी तो सारे नू मिल गया। तुसी बार तक छड़ आजो। जिगरानी तेरी बेबी दा जिगरा तो बतेरा सरदारा दी धी आ। दिखाओ दीदी मत्था टेकदा। जिंदा बसता रे, ख्याल रखी अपना। क्यों सुख सनेह वालियां चिट्ठियां मोहताज ने होके रह गईयां। क्यों से आसत दियां ओलीकां दिल ते उकर के बह गईयां। सुख सनेह वालियां चिट्ठियां क्यों नफरत दा बोझ वजन विच पारा होना जारी है। पारा होना जारी है। पारा होना जारी है। प्यार दियां सी परियां गठड़ियां खाली होके रह गईयां। सुख सनेह वालियां चिट्ठियां क्यों सुख सनेह वालियां चिट्ठियां मोहताज ने होके रह गईयां। क्यों से आसत दियां ओलीकां दिल ते उकर के बह गईयां। सुख सनेह वालियां चिट्ठियां बचपन दे साथी खान ते सिंह एक दूजे दे दर्द ते रोंदे सी। हां दर्द ते रोंदे सी। हां दर्द ते रोंदे सी। बचपन दे साथी खान ते सिंह एक दूजे दे दर्द ते रोंदे सी। हां दर्द ते रोंदे सी। हां दर्द ते रोंदे सी। अज उन्हां दी यारी नू वे लख लानतां पै गईयां। सुख सनेह वालियां चिट्ठियां क्यों सुख सनेह वालियां चिट्ठियां मोहताज ने होके रह गईयां। क्यों से आसत दियां ओलीकां दिल ते उकर के बह गईयां। सुख सनेह वालियां चिट्ठियां सड़दे उथे जान लई अजे बड़े जरूरी नाते ने। बड़े जरूरी नाते ने। बड़े जरूरी नाते ने। जसड़दे उथे जान लई अजे बड़े जरूरी नाते ने। बड़े जरूरी नाते ने। बड़े जरूरी नाते ने।
ਉਹਨਾਂ ਦੀਆਂ ਵੀ ਕਈ ਅਮਾਨਤਾਂ ਮੇਰੇ ਵੱਲ ਨੇ ਰਹਿ ਗਈਆਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ ਕਿਉਂ ਸਿਆਸਤ ਦੀਆਂ ਉਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਸੁਰਜੀਤ ਸਿੰਘ ਗੁਰਜੀਤ ਸਿੰਘ ਸਤਿ ਸ਼੍ਰੀ ਅਕਾਲ ਸਰ ਆਦਾਬ ਅਸਲਾਮ ਵਾਲੇਕੁਮ ਸਰ ਸਿੱਟ ਸਿੱਟ ਥੈਂਕ ਯੂ ਸਰ ਸਰ ਮਾਸ਼ਾਅੱਲਾ ਜਨਾਬ ਦਾ ਸੂਟ ਬਹੁਤ ਵਧੀਆ ਸਰ ਪਾਕਿਸਤਾਨ ਜਾਣਾ ਚਾਹਤੇ ਹੋ ਜੀ ਸਰ ਕਹਾਂ ਸਰ ਸ਼ੇਖੂਪੁਰਾ ਸਰ ਕੋਈ ਖਾਸ ਮਕਸਦ ਸਰ ਸ਼ੇਖੂਪੁਰਾ ਆਪਣਾ ਪੂਰਾ ਪੂਰਾ ਪਰਿਵਾਰ ਸ਼ੇਖੂਪੁਰਾ ਸੀ ਸਰ ਸਰ ਆਪਣੇ ਚਾਚੇ ਤਾਏ ਦਾਦੇ ਪੜਦਾਦੇ ਸਾਰੇ ਸ਼ੇਖੂਪੁਰਾ ਸੀ ਸਰ ਸਾਡੇ ਦਾਦਾ ਜੀ ਦਾ ਕਿਆ ਰੁਤਬਾ ਸੀ ਸਰ ਕਿਆ ਰੁਤਬਾ ਸੀ ਦਾਦਾ ਜੀ ਦਾ ਸਰ ਸਰ ਜਿੱਥੋਂ ਇੱਕ ਵਾਰ ਲੰਘ ਜਾਂਦੇ ਸੀ ਸਰ ਲੋਕ ਖੜ ਦੇਖਦੇ ਸਰ ਉਹਨਾਂ ਨੂੰ ਸਰ ਅੰਗਰੇਜ਼ਾਂ ਨਾਲ ਉੱਠਣਾ ਬੈਠਣਾ ਸੀ ਉਹਨਾਂ ਦਾ ਸਰ ਐਸਾ ਕੋਈ ਕੰਮ ਹੈ ਹੀ ਨਹੀਂ ਸੀ ਸਰ ਜਿਹੜਾ ਅੰਗਰੇਜ਼ ਉਹਨਾਂ ਤੋਂ ਬਿਨਾਂ ਪੁੱਛੇ ਕਰ ਜਾਣ ਜਿਹੜਾ ਵੀ ਕੰਮ ਕਰਨਾ ਦਾਦਾ ਜੀ ਨੂੰ ਪੁੱਛ ਕੇ ਕਰਨਾ ਸਰ ਦਾਦਾ ਜੀ ਅੱਗੇ ਅੱਗੇ ਅੰਗਰੇਜ਼ ਪਿੱਛੇ ਪਿੱਛੇ ਦਾਦਾ ਜੀ ਅੱਗੇ ਅੱਗੇ ਅੰਗਰੇਜ਼ ਪਿੱਛੇ ਪਿੱਛੇ ਸਰ ਕਿਆ ਰੁਤਬਾ ਸੀ ਸਾਡੇ ਦਾਦਾ ਜੀ ਦਾ ਸਰ ਬਹੁਤ ਕਮਾਲ ਬਸ ਸਰ 1947 ਵੇਲੇ ਇੰਡੀਆ ਵੱਗ ਗਏ ਕੱਲ੍ਹ ਆਤਰੇ ਪਤਾ ਲੱਗਾ ਜੀ ਸ਼ੇਖੂਪੁਰਾ ਕਰਨੀ ਆਪਣੀ ਭੂਆ ਜੀ ਭੂਆ ਜੀ ਨੂੰ ਕੈਂਸਰ ਹੈ ਜੀ ਦੋ ਚਾਰ ਦਿਨ ਹੀ ਕੱਢਦੇ ਭੂਆ ਜੀ ਭੂਆ ਜੀ ਵੀ ਹਰ ਕਮੀ ਭੂਆ ਜੀ ਬਸ ਜੀ ਸੌਰੀ ਦੂਜੀ ਨੂੰ ਪਿੱਛੇ ਰੋਂਦੀ ਛੱਡ ਗਿਆ ਪੱਟਿਆਂ 47 ਦੇ ਯਾਰਾਂ ਉਜੜਿਆਂ ਤੇ ਲੁੱਟਿਆਂ ਉਜੜਿਆਂ ਤੇ ਲੁੱਟਿਆਂ ਉਜੜਿਆਂ ਤੇ ਲੁੱਟਿਆਂ ਪੱਟਿਆਂ 47 ਦੇ ਯਾਰਾਂ ਉਜੜਿਆਂ ਤੇ ਲੁੱਟਿਆਂ ਉਜੜਿਆਂ ਤੇ ਲੁੱਟਿਆਂ ਉਜੜਿਆਂ ਤੇ ਲੁੱਟਿਆਂ ਬਿਲਕਣ ਮਾਵਾਂ ਪੁੱਤਾਂ ਨੂੰ ਉਹ ਤਾਂ ਵੀ ਦੂਰੀਆਂ ਪੈ ਗਈਆਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੋਹਤਾਜ ਨੇ ਹੋ ਕੇ ਰਹਿ ਗਈਆਂ ਕਿਉਂ ਸਿਆਸਤ ਦੀਆਂ ਉਲੀਕਾਂ ਦਿਲ ਤੇ ਉਕਰ ਕੇ ਬਹਿ ਗਈਆਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਇਹ ਬੱਸ ਨੇ ਤਾਂ ਬੱਸ ਹੀ ਕਰਾਤੀ ਬਾਈ ਕਮਾਉਣੀ ਉਹਨਾਂ ਦੀ ਚੀਜ਼ ਤਾਂ ਹੈ ਹੀ ਨਹੀਂ ਇਹਦੇ 'ਚ ਮਸਾਂ ਹੀ ਪਹੁੰਚੇ ਹਾਂ ਬਾਈਜਾਨ ਬਾਈਜਾਨ ਹਾਂਜੀ ਮਹਿਮਾਨੋ ਕੀ ਖਿਦਮਤ ਕਰਾਂ ਤੁਹਾਡੀ ਖਾਣ ਨੂੰ ਕੀ ਮਿਲੇਗਾ ਹੁਣ ਤਾਂ ਬਾਦਸ਼ਾਹ ਸਾਡੇ ਕੋਲ ਤਿਆਰ ਹੈ ਮੁਰਗ ਮਸੱਲਮ ਸ਼ਾਹੀ ਗੋਸ਼ਤ ਕੜਾਹੀ ਗੋਸ਼ਤ ਪਨੀਰ ਗੋਸ਼ਤ ਅਤੇ ਸਾਡਾ ਖਾਸ ਹੈ ਹਾਂਡੀ ਗੋਸ਼ਤ ਬਾਈਜਾਨ ਜੀ ਇੱਕ ਮੁਰਗ ਮਸੱਲਮ ਜੀ ਕੜਾਹੀ ਗੋਸ਼ਤ ਹਾਂਜੀ ਅਤੇ ਬਿਰਿਆਨੀ ਲਿਆਓ ਅੱਛਾ ਬਾਈ ਤੁਸੀਂ ਖਾਓਗੇ ਇੱਕ ਦਾਲ ਜੀ ਅਤੇ ਉਹ ਵੀ ਬਿਨਾਂ ਮਸਾਲੇ ਤੋਂ ਹਾਂਜੀ ਲੈ ਆਓ ਜੀ ਹੁਣੇ ਲਿਆ ਥੋੜ੍ਹਾ ਜਲਦੀ ਆ ਲਓ ਜੀ ਇਹ ਮੁਰਗ ਮਸੱਲਮ ਮਾਫ਼ ਕਰਨਾ ਭਾਈ ਜਾਨ ਉਹ ਤਾਂ ਖਤਮ ਹੋ ਗਿਆ ਚੇਅਰਮੈਨ ਸਾਹਿਬ ਖਾ ਗਏ
ਤੇ ਕੜਾਈ ਗੋਸ਼ਤ ਉਹ ਵੀ ਚੇਅਰਮੈਨ ਸਾਹਿਬ ਖਾ ਗਏ ਬਿਰਿਆਨੀ ਚੇਅਰਮੈਨ ਸਾਹਿਬ ਤੇ ਫਿਰ ਭਾਈਜਾਨ ਆ ਵੀ ਚੇਅਰਮੈਨ ਸਾਹਿਬ ਨੂੰ ਦੇ ਦਿਓ ਕਿਤੇ ਭੁੱਖੇ ਨਾ ਰਹਿ ਜਾਣ ਉਹ ਮਾਸਾਹਾਰੀ ਨੇ ਜੀ ਖਾਂਦੇ ਕੋ ਨਹੀਂ ਚੇਅਰਮੈਨ ਹੋ ਗਿਆ ਮਗਰਮੱਛ ਹੋ ਗਿਆ ਠੀਕ ਹੈ ਜੀ ਜੀ ਭਾਈ ਜਲਦੀ ਖਾ ਲਾ ਬਾਈ ਬਾਈ ਇਤਨੇ ਚੇਅਰਮੈਨ ਨਾਮ ਤਾਂ ਬਾਈ ਜਾਨਵਰ ਫਿਰਦਾ ਪਿਆ ਬਾਈ ਸਭ ਕੁਛ ਖਾ ਜੂਗਾ ਆਜਾ ਖਾ ਲਾ ਤੂੰ ਖਾ ਲਾ ਗੁੱਲੂ ਯਾਰ ਮੇਰਾ ਮਨ ਜਿਹਾ ਨਹੀਂ ਹੈ ਬਾਈ ਤੇਰੇ ਅੰਦਰ ਪਤਾ ਨਹੀਂ ਕਿਹੜੀ ਮਸ਼ੀਨਰੀ ਲੱਗੀ ਹੈ ਮੈਨੂੰ ਤਾਂ ਬਾਲੀ ਭੁੱਖ ਲੱਗੀ ਬਾਈ ਮੈਂ ਤਾਂ ਖਾਣ ਲੱਗਾ ਬਾਈ ਖਾ ਲਾ ਗੁੱਲੂ ਬਾਦਸ਼ਾਹ ਇਸ ਤੋਂ ਪਹਿਲਾਂ ਕਿ ਚੇਅਰਮੈਨ ਦਾਲ ਖਾਣੀ ਸ਼ੁਰੂ ਕਰਦੇ ਖਾ ਲਾ ਭਾਈ ਸਾਹਿਬ ਜੀ ਸਾਰਾ ਧਿਆਨ ਖਾਣ 'ਤੇ ਰੱਖਿਆ ਥੋੜ੍ਹਾ ਸਮਾਨ 'ਤੇ ਵੀ ਰੱਖ ਲਓ ਕੀ ਕਰੀਏ ਭਾਈ ਜਾਨ ਅੱਲਾ ਨੇ ਡੇਢੀ ਐਡਾ ਵੱਡਾ ਬਖਸ਼ਿਆ ਚੇਤੀ ਕਿਤੇ ਭਰਦਾ ਹੀ ਕੌਣ ਹੈ ਉਹ ਸਰਦਾਰ ਜੀ ਤੁਸੀਂ ਕਿੰਝ ਬਾਡਾ ਟੱਪ ਆਏ ਜੀ ਪਾਕਿਸਤਾਨੀ ਤਾਂ ਤੁਸੀਂ ਲੱਗਦੇ ਕੌਣ ਹੀ ਪਰ ਇੱਕ ਗੱਲ ਦਾ ਤਾਂ ਮੈਨੂੰ ਯਕੀਨ ਹੈ ਕਿ ਸਰਦਾਰ ਬੰਦੇ ਹੋ ਪਾਕਿਸਤਾਨ ਦੀ ਧਰਤੀ ਤੇ ਕਿਸੇ ਨੇ ਕੰਮ ਲਈ ਆਏ ਹੋ ਕਿਤੇ ਸੁਰੰਗ ਤੇ ਨਹੀਂ ਪੱਟ ਕੇ ਆਏ ਜੇ ਹਿੰਜ ਵੀ ਆਏ ਹੋ ਤੇ ਦੱਸ ਦਿਓ ਮੈਂ ਸੰਭਾਲ ਲਾਂਗਾ ਨਾ ਚੀਜ਼ ਨੂੰ ਚੇਅਰਮੈਨ ਕਹਿੰਦੇ ਅੱਛਾ ਤੁਸੀਂ ਚੇਅਰਮੈਨ ਹੋ ਜੀ ਜਨਾਬ ਆ ਸੰਭਾਲੋ ਚੋਰ ਚੱਕ ਕੇ ਭੱਜ ਰਿਹਾ ਸੀ ਉਹ ਬੜੀ ਮਿਹਰਬਾਨੀ ਪਰ ਛੱਡੋ ਸਮਾਨ ਨੂੰ ਹੁਣ ਤੇ ਮੈਨੂੰ ਐਡੇ ਭਾਰੀ ਖਜ਼ਾਨੇ ਮਿਲ ਗਏ ਜੇ ਕਿਸੇ ਸਮਾਨ ਦੀ ਮੈਨੂੰ ਜ਼ਰੂਰਤ ਹੀ ਨਹੀਂ ਇੱਕ ਵਾਰੀ ਘੁੱਟ ਕੇ ਜੱਫੀ ਤੇ ਪਾਓ ਸਰਦਾਰ ਜੀ ਬੜਾ ਮਜ਼ਾ ਆਏਗਾ ਆ ਜਿਹੜਾ ਤੁਸੀਂ ਪਤਾ ਦੱਸਿਆ ਨਾ ਇਹ ਤੇ ਬਿਲਕੁਲ ਮੇਰੇ ਪਿੰਡ ਦੇ ਨਾਲ ਹੀ ਹੈ ਚਲੋ ਮੈਂ ਲੈ ਕੇ ਚੱਲਣਾ ਵਾ ਤੁਹਾਨੂੰ ਉੱਥੇ ਨਾਲੇ ਇੱਥੇ ਕੁਝ ਖਾਧਾ ਪੀਤਾ ਵੀ ਨਹੀਂ ਤੁਹਾਡੀ ਖਾਤਰਦਾਰੀ ਵੀ ਹੋ ਜਾਏਗੀ ਹਜ਼ੂਰ ਬੜੇ ਕਿੱਸੇ ਕਹਾਣੀਆਂ ਸੁਣੀਆਂ ਅੱਬੂ ਜੀ ਤੋਂ ਸਰਦਾਰਾਂ ਦੇ ਅੱਜ ਸਾਹਮਣੇ ਦੇਖ ਵੀ ਲਿਆ ਝੋਲੋ ਮੇਰੇ ਨਾਲ ਮੈਂ ਲੈ ਕੇ ਚੱਲਣਾ ਵਾ ਉੱਠੋ ਵਹਿੰਦੇ ਕੀ ਹੋ ਮੇਰੀ ਸ਼ਕਲ ਭਾਵੇਂ ਦੇਖਣ ਨੂੰ ਨਾ ਚੰਗੀ ਲੱਗੀ ਹੋਵੇ ਪਰ ਮੇਰੀ ਖਾਤਰਦਾਰੀ ਤੁਹਾਨੂੰ ਬੜੀ ਜਚੇਗੀ ਆ ਟਾਈਮ ਤਾਂ ਹੁਣ ਲਾਰੀ ਵੀ ਨਹੀਂ ਜਾਣੀ ਕੋਈ ਜਾਵਾਂਗੇ ਕਿਵੇਂ ਜਦੋਂ ਕਹਿ ਰਿਹਾ ਮੈਂ ਗਨੇੜਿਆਂ ਤੇ ਚਾਹ ਕੇ ਤੇ ਲਜਾਣ ਹੋ ਰਿਹਾ ਮੇਰੇ ਕੋਲ ਸਵਾਰੀ ਹੈ ਜਾਊਂਗਾ ਮੇਰਾ ਝੁੱਲੋ ਮੇਰੇ ਨਾਲ ਆ ਜਾਓ ਹੇ ਚੇਅਰਮੈਨ ਸਾਹਿਬ ਸਰ ਕਿਹੜੇ ਵਿਭਾਗ ਚ ਚੇਅਰਮੈਨ ਹੋ ਤੁਸੀਂ ਉਹ ਨਹੀਂ ਜੀ ਮੈਂ ਤੇ ਘਰ ਦਾ ਹੀ ਚੇਅਰਮੈਨ ਆ ਅੱਛਾ ਦਰਅਸਲ ਗੱਲ ਇਹ ਵੇ ਕਿ ਮੈਂ ਜਦੋਂ ਛੋਟਾ ਹੁੰਦਾ ਸਾਂ ਅੱਛਾ ਬੜਾ ਮੋਟਾ ਡਾਡਾ ਹੁੰਦਾ ਸਾਂ ਅੱਛਾ ਜੀ ਘਰ ਦੇ ਜਿਹੜੀ ਵੀ ਚੇਅਰ ਦੇ ਉੱਤੇ ਮੈਨੂੰ ਬਿਠਾਉਂਦੇ ਉਹ ਸੁੱਖ ਨਾਲ ਅੱਲਾ ਨੂੰ ਪਿਆਰੀ ਹੋ ਜਾਂਦੀ ਸੀ ਇਸ ਕਰਕੇ ਘਰਦਿਆਂ ਨੇ ਮੇਰਾ ਨਾਂ ਹੀ ਚੇਅਰਮੈਨ ਰੱਖ ਦਿੱਤਾ ਅੱਛਾ ਅੱਛਾ ਬਸ ਇਸੇ ਕਰਕੇ ਪੱਕੇ ਚੇਅਰਮੈਨ ਲੱਗ ਗਏ ਆਪਾਂ ਲਓ ਜਨਾਬ ਆ ਗਿਆ ਗਰੀਬ ਖਾਨ ਹੁਣ ਦੇਖਣਾ ਘਰ ਦੇ ਕਿਵੇਂ ਹੱਥਾਂ ਦੇ ਚੁੱਕਦੇ ਆ ਚੇਅਰਮੈਨ ਸਾਹਿਬ ਲੱਗਦਾ ਘਰ ਵਿੱਚ ਤੁਹਾਡੀ ਬੁਕਤ ਹੈ ਨਹੀਂ ਨਹੀਂ ਭਾਈ ਜਾਨ ਉਹ ਤੇ ਘਰ ਦੇ ਆਰਾਮ ਫਰਮਾ ਰਹੇ ਹੋਣੇ ਨਾ ਨਹੀਂ ਤੇ ਤੇਰੀ ਭਰਜਾਈ ਇੱਕੋ ਹਾਰਨ ਤੇ ਭੱਜੀ ਭੱਜੀ ਆਉਂਦੀ ਆ ਬੂਹੇ ਤਾਈ ਦੇਖ ਰਿਹਾ ਚਲੋ ਮੈਂ ਦੇਖਦਾ ਤੇਰੀਆਂ ਆਪ ਦੀਆਂ ਲੱਤਾਂ ਟੁੱਟੀਆਂ ਜੇ ਅੱਧੀ ਰਾਤ ਨੂੰ ਪਾ ਪਾ ਲਾਈ ਜੇ ਉਹ ਅੱਬੂ ਉਹ ਹੌਰਨ ਦੀਆਂ ਤਾਰਾਂ ਜੁੜ ਗਈਆਂ ਸਨ ਤੇਰੀ ਵੀ ਅੱਬੂ ਜਲ ਕਿਉਂ ਖਿਲਾਰ ਦੇ ਜੇ ਹੌਲੀ ਬੋਲੋ ਮਹਿਮਾਨ ਆਏ ਜੇ ਨਾਲ ਉਹ ਤੇਰੇ ਮਹਿਮਾਨ ਤਿਆਉਂਦੇ ਰਹਿੰਦੇ ਆ ਜੇ ਤਰ੍ਹਾਂ ਦਾ ਤੂੰ ਚਬੜ ਉਹ ਤਰ੍ਹਾਂ ਦੇ ਤੇਰੇ ਮਹਿਮਾਨ ਮਈਆ ਤੇ ਕਹਿੰਦਾ ਸੀ ਇਹਦੇ ਘਰ ਦੇ ਹੱਥਾਂ 'ਤੇ ਚੱਕਣਗੇ ਇਹਦੇ ਪਿਓ ਨੇ ਤੰਦੇ ਸਿੰਘ 'ਤੇ ਚੱਕ ਲਿਆ ਭਈਆ ਆਪਾਂ ਤੇ ਰਾਤ ਬਾਹਰ ਕੱਢਣੀ ਕੱਢਣੀ ਆ ਪੰਜਾਬੋਂ ਆਏ ਜੇ ਆਪਣੇ ਪੁਰਖਿਆਂ ਦੀ ਧਰਤੀ ਤੋਂ ਆਏ ਜੇ ਔਰ ਨਾਲ ਸਿੰਘ ਸਰਦਾਰ ਵੀ ਜੇ
ਹੁਣ ਤੇ ਭਾਵੇਂ ਆ ਹੀ ਜਾਓ ਅੰਦਰ ਆ ਜਾਓ ਲੰਘ ਗਿਆ ਇਹ ਜੀ ਬਾਬੂ ਜਾਨ ਹੀ ਕੱਢ ਲੈਂਦੇ ਜੀ ਇਹ ਮੱਥਾ ਟੇਕਦੇ ਜਾਂ ਕਬੱਡੀ ਪਾਉਂਦੇ ਜੀ ਅੱਬੂ ਨੂੰ ਅੱਬੂ ਜਾਨ ਸ਼ਕਲ ਹੀ ਖੜੂ ਜੇ ਪਰ ਅੰਦਰੋਂ ਤੇ ਪੂਰੇ ਰੱਬ ਦੇ ਫਰਿਸ਼ਤੇ ਜੇ ਸਾਡੇ ਵਾਲਾ ਵੀ ਖੜੂਸੀ ਹੈ ਆ ਲੋ ਖਾਣਾ ਖਾਓ ਨਹੀਂ ਮੈਨੂੰ ਭੁੱਖ ਨਹੀਂ ਮੇਰਾ ਚਿੱਤ ਜਾ ਨਹੀਂ ਠੀਕ ਆ ਖਾਈ ਲੈਂਦੇ ਦਿਨੋ ਦਿਨ ਕਮਜ਼ੋਰ ਹੋਈ ਜਾਂਦੇ ਹੋ ਤੁਸੀਂ ਹਾਂਜੀ ਬਾਈ ਜਾਨ ਤੁਸੀਂ ਕੁਝ ਖਾ ਲੈਂਦੇ ਢਾਬ ਤੇ ਵੀ ਤੁਸੀਂ ਕੁਝ ਨਹੀਂ ਖਾਂਦਾ ਕੋਈ ਨਹੀਂ ਅੱਜ ਭੁੱਖੇ ਹੀ ਰਹਿ ਲਾਂਗੇ ਯਾਰ ਭਾਈ ਜਾਨ ਰੋਟੀ ਲਓਗੇ ਨਹੀਂ ਜੀ ਬਸ ਤੁਸੀਂ ਲੈ ਲਓ ਨਹੀਂ ਜੀ ਬਸ ਉਹ ਲੈ ਲਓ ਇਹ ਕੁਝ ਨਹੀਂ ਆਂਦੇ ਠੀਕ ਹੈ ਜੀ ਕਿੱਥੋਂ ਆਏ ਤੁਸੀਂ ਕਾਕਾ ਪੰਜਾਬ ਤੋਂ ਆਏ ਆ ਜੀ ਉਹ ਤਾਂ ਦਿਸਦਾ ਅੱਗੇ ਦੱਸ ਲੁਧਿਆਣਾ ਜ਼ਿਲ੍ਹਾ ਜੀ ਆਪਣਾ ਉਹ ਜ਼ਿਲ੍ਹਾ ਛੋਟਾ ਹੁੰਦਾ ਪਿੰਡ ਕਿਹੜਾ ਤੇਰਾ ਲੱਦੜਾਂ ਛੈਲਾਂ ਜੀ ਲੱਦੜਾਂ ਕਿ ਛੈਲਾਂ ਲੱਦੜਾਂ ਲੱਦੜਾਂ ਕਹਿੰਦੇ ਆ ਜੀ ਦੋ ਵਾਰ ਕਹਿੰਦੇ ਨੇ ਹਾਂਜੀ ਜੀ ਤੁਸੀਂ ਤਾਂ ਐਂ ਪੁੱਛ ਰਹੇ ਹੋ ਤੁਸੀਂ ਉੱਥੇ ਰਹਿੰਦੇ ਸੀ ਜਿਵੇਂ ਉੱਥੇ ਅਸੀਂ ਸਾਡਾ ਯਾਰ ਵਿਆਹ ਕੇ ਲਿਆਏ ਸੀ ਕਿਲੇ 'ਚ ਹਰਜੀਤ ਸਿੰਘ ਨਾਂ ਸੀ ਉਹਦਾ ਉਹ ਤੇਰੀ ਮਾਂ ਤਾਂ ਨਹੀਂ ਵਿਆਹ ਕੇ ਲਿਆਈ ਸੀ ਹਾਂਜੀ ਲੱਗਦਾ ਤਾਂ ਇਹੀ ਹੈ ਜੀ ਓਏ ਆਓ ਮੇਰੇ ਗਲੇ ਲੱਗ ਜਾਓ ਹੋ ਤੁਸੀਂ ਮੇਰੇ ਯਾਰ ਦਾ ਖੂਨ ਹੋ ਆਓ ਪੁੱਤਰਾ ਠੀਕ ਨਹੀਂ ਪਰ ਇੱਧਰ ਸਾਰਾ ਬਸਿਆ ਬਸਾਇਆ ਛੱਡ ਕੇ ਕਿਵੇਂ ਚਲਿਆ ਜਾਵਾਂ ਮੈਨੂੰ ਮਾਣ ਹੈ ਮੇਰੇ ਯਾਰ ਤੇ ਉਹਨੇ ਸਾਰਾ ਕੁਝ ਫੇਰ ਬਣਾ ਲੈਣਾ ਸਾਰਾ ਕੁਝ ਤੇ ਬਣ ਜਾਣਾ ਯਾਰ ਨਹੀਂ ਬਣ ਦਿਲ ਹੌਲਾ ਨਾ ਕਰ ਯਾਰ ਤਾਂ ਇੱਥੇ ਵਸਦੇ ਹੁੰਦੇ ਇੱਥੇ ਇਸ ਦਰਦ ਨੂੰ ਉਹ ਹੀ ਮਹਿਸੂਸ ਕਰ ਸਕਦਾ ਜਿਸਨੇ ਹੰਢਾਇਆ ਹੋਵੇ ਸਹੀ ਗੱਲ ਹੈ ਜੀ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਥੋੜ੍ਹਾ ਬਹੁਤਾ ਮਹਿਸੂਸ ਤਾਂ ਕਰ ਸਕਦੀਆਂ ਨੇ ਪਰ ਇਹਦਾ ਅਸਲ ਅਹਿਸਾਸ ਉਹਨੂੰ ਇਹ ਜੀ ਦੀ ਹੱਡ ਬੀਤੀ ਆ ਜਦੋਂ ਅਸੀਂ ਇੱਧਰ ਆਉਣਾ ਸੀ ਨਾ ਸਾਨੂੰ ਇਹ ਸੀ ਕਿਤੇ ਬਗਾਨੀ ਧਰਤੀ 'ਤੇ ਚੱਲੇ ਹਾਂ ਪਰ ਇੱਥੇ ਆ ਕੇ ਦੇਖਿਆ ਵੀ ਲੋਕ ਵੀ ਉਹੀ ਨੇ ਧਰਤੀ ਵੀ ਉਹੀ ਆ ਬਸ ਦੇਸ਼ ਦਾ ਨਾਮ ਬਦਲਿਆ ਪਰ ਪੁੱਤਰ ਤੁਸੀਂ ਇੱਥੇ ਕਿਵੇਂ ਵੰਡ ਦੇ ਲੱਗੇ ਜ਼ਖਮ ਦੀ ਮੱਲਮ ਲੱਭਣ ਆਇਆ ਜੀ
ਮੈਨੂੰ ਤਾਂ ਤੁਹਾਡੇ ਯਾਰ ਨੇ ਹੀ ਸੰਭਾਲ ਲਿਆ। ਸੰਤਾਲੀ ਨੇ ਮੈਨੂੰ ਵੀ ਮੇਰੀ ਮਾਂ ਤੋਂ ਵੱਡ ਕਰਤਾ ਸੀ। ਪਹਿਲਾਂ ਸਾਨੂੰ ਸਾਰਿਆਂ ਨੂੰ ਇਹੀ ਸੀ ਵੀ ਸ਼ਾਇਦ ਸਾਰੇ ਮਾਰੇ ਗਏ, ਪਰ ਹੁਣ ਪਿੱਛੇ ਜੇ ਪਤਾ ਲੱਗਿਆ ਮਾਂ ਬਚ ਗਈ ਸੀ। ਹੁਣ ਉਹਦੀ ਭਾਲ ਚ ਇੱਧਰ ਆਇਆ ਹੋਇਆ ਜੀ। ਅੱਲਾਹ ਤਾਲਾ ਤੇਰੀ ਭਾਲ ਪੂਰੀ ਕਰੇ। ਅਸਲਾਮ ਅਲੈਕਮ ਬਜ਼ੁਰਗੋ। ਵਾਲੇਕਮ ਸਲਾਮ। ਆ ਗੱਲ ਸੁਣਿਓ ਹਿੱਕ, ਆ ਥਾਂ ਪਤਾ ਤਾਂ ਦੱਸਿਓ ਜ਼ਰਾ। ਸਤਿ ਸ੍ਰੀ ਅਕਾਲ ਸਰਦਾਰ। ਆ ਪੜਿਓ। ਅਗਲਾ ਘਰ ਜੀ। ਰੋਲੀ ਪਈ ਸੀ ਵਿਚਾਰੀ। ਆਂਦੇ ਨੇ ਆ ਰੌਲਿਆਂ ਚ ਉਹਦਾ ਪੁੱਤਰ ਖੋ ਗਿਆ ਸੀ। ਉਹਦੀ ਯਾਦ ਚ ਰੋ ਰੋ ਕੇ ਅੱਖਾਂ ਦੀ ਜੋਤ ਵੀ ਰਹੀ ਕੋਨਾ ਸੀ। ਉਂਜ ਖੁਦ ਵੀ ਮੁੱਕਣ ਹੀ ਵਾਲੀ ਸੀ ਵਿਚਾਰੀ। ਸ਼ਾਇਦ ਮੁੱਕੀ ਗਈ ਹੋਵੇ।
ਤੁਹਾਡੀ ਕੋਈ ਜਾਣਕਾਰ ਸੀ? ਇਹੋ ਬਦਨਸੀਬ ਵਿਚਾਰੀ ਦਾ ਪੁੱਤਰ ਹੈ ਬੇਚੈਨ ਜ਼ਿੰਦਗੀ ਹੈ ਲੱਗਦਾ ਨਾ ਜੀ ਹੈ ਮਾਵਾਂ ਬਿਨਾਂ ਪੁੱਤਾਂ ਦਾ ਜਿਉਣਾ ਹੁੰਦਾ ਕੀ ਹੈ ਕਿੱਥੇ ਜਾ ਕੇ ਲੁੱਕ ਗਈ ਹੈ ਕਿਹੜਾ ਗਰਾਂ ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿਸੀ ਮਾਂ ਹਾਏ ਰੱਬਾ ਮੇਰਿਆ ਕੇ ਸੁੱਖ ਹੋਵੇ ਤਾਂ ਮੈਨੂੰ ਮੇਰੀ ਸੁਪਨੇ ਚ ਰੋਂਦੀ ਦਿਸੀ ਮਾਂ ਬਾ ਕਮਾਲ ਮਿਸਾਲ ਦਿੱਤੀ ਹੈ ਤੁਹਾਡੇ ਵੀਰ ਜੀ ਨੇ ਇਨਸਾਨੀਅਤ ਨਹੀਂ ਤੇ ਹਕੂਮਤ ਵਾਲੇ ਧਰਮਾਂ ਦੇ ਨਾਂ ਤੇ ਲੜਾਂਦੇ ਰਹਿੰਦੇ ਆਵਾਮ ਗੁੱਲੂ ਸੁਰਜੀਤ ਭਾਈ ਜਾਨ ਪਹਿਲਾਂ ਵੀ ਏਦਾਂ ਹੀ ਸਲਵਾਰ ਕਮੀਜ਼ ਪਾਉਂਦੇ ਸਨ ਜਾਂ ਇੱਧਰ ਆਣ ਕੇ ਪਾਉਣ ਲੱਗੇ ਜੀ ਇਹ ਤਾਂ ਬਾਈ ਨੂੰ ਪਹਿਲਾਂ ਤੋਂ ਹੀ ਪਸੰਦ ਸੀ ਪਰ ਹੁਣ ਤਾਂ ਲੱਗਦਾ ਕਿ ਜਿਵੇਂ ਬਾਈ ਦੇ ਖੂਨ 'ਚ ਹੀ ਸੀ ਸੁਰਜੀਤ ਬਾਈ ਦਿਲ ਦਾ ਬਹੁਤ ਦਲੇਰ ਅਤੇ ਹਸਮੁੱਖ ਬੰਦਾ ਸੀ ਸਾਡੇ ਸਾਰਿਆਂ ਨਾਲੋਂ ਵੱਧ ਕੇ ਫਿਰ ਜੀ ਬਾਪੂ ਨੂੰ ਪਿਆਰ ਕਰਦਾ ਅਤੇ ਉੱਥੋਂ ਤੱਕ ਕਿਵੇਂ ਆਇਆ ਮੈਂ ਹੀ ਜਾਣਦਾ ਪਰ ਹੁਣ ਬਾਈ ਬੁਰੀ ਤਰ੍ਹਾਂ ਟੁੱਟ ਗਿਆ ਹਿੰਜ ਟੁੱਟਣ ਕੋਣੀ ਦਿੰਦੇ ਯਾਰਾ ਜਿੰਨਾ ਤੀਕਰ ਤੁਹਾਡਾ ਇਹ ਭਰਾ ਜੀਂਦਾ ਚੱਲ ਉੱਠ ਚੱਲਨੇ ਆ ਉਹਦੇ ਕੋਲ ਇੰਨਾ ਉਦਾਸ ਕਿਉਂ ਬੈਠਾ ਯਾਰਾ ਜਿੰਨਾ ਤੀਕਰ ਤੇਰਾ ਯਾਰ ਜੀਂਦਾ ਨਾ ਤੇਰੀ ਹਰ ਮੁਸ਼ਕਿਲ ਹੱਲ ਕਰੇਗਾ ਹਿੰਮਤ ਨਹੀਂ ਹਾਰੀ ਦੀ ਓਏ ਹੁਣ ਤੂੰ ਸਾਡਾ ਮਹਿਮਾਨ ਹੀ ਨਹੀਂ ਸਾਡੀਆਂ ਤੇ ਪੁਸ਼ਤੈਨੀ ਯਾਰੀਆਂ ਨੇ ਯਾਰਾ ਓਏ ਉੱਠ ਤੇ ਸਹੀ ਇੱਕ ਜੱਫੀ ਤੇ ਪਾ ਧਰਮ ਨਾਲ ਸੀਨੇ ਵਿੱਚ ਠੰਡ ਪੈ ਗਈ ਤੈਨੂੰ ਗੱਲ ਨਾਲ ਲਾ ਕੇ ਯਾਰਾ ਅਗਰ ਤਕਦੀਰ ਇੱਕ ਬੂਹਾ ਬੰਦ ਕਰਦੀ ਹੈ ਨਾ ਤੇ 10 ਖੋਲ ਵੀ ਦਿੰਦੀ ਏ ਨਿੱਕੇ ਹੁੰਦੇ ਆ ਇੱਥੇ ਹੀ ਬਾਂਦਰ ਕਿਲਾ ਖੇਡਦੇ ਰਹਿੰਦੇ ਸਨ ਧਾਰ ਵਾਲੀ ਗੱਲ ਹੀ ਹੈ ਇੱਥੇ ਚੌਧਰੀ ਸਭ ਅਸੂਲਾਂ ਦੇ ਪੱਕੇ ਤੇ ਬੜੇ ਜ਼ੁਰਤ ਵਾਲੇ ਆਦਮੀ ਹੈ ਤੂੰ ਸਾਰਾ ਸਮਝਾਤਾ ਸੀ ਨਾ ਇਹਨਾਂ ਨੂੰ ਹਾਂ ਮੈਂ ਸਭ ਕੁਝ ਸਮਝਾ ਦਿੱਤਾ ਸੀ ਆਪਣੇ ਪਰਿਵਾਰ ਦੇ ਨਾਲ ਵੀ ਬੜੇ ਚੰਗੇ ਤਾਲੁਕਾਤ ਹੈ ਇਹਨਾਂ ਦੇ ਔਰ ਮੈਂ ਮਾਂ ਨਿਵਾਸ ਤੇ ਐਸੇ ਹੈ ਤੁਸੀਂ ਸੇਵਾ ਹੁੰਦੀ ਦੇਖਿਓ ਆਪਣੀ ਬੁਲਾਣਾ ਤੇ ਜ਼ਰਾ ਚੌਧਰੀ ਸਾਹਿਬ ਤੁਸੀਂ ਤਸ਼ਰੀਫ ਰੱਖੋ ਠੀਕ ਹੈ ਜੀ ਬਾਈ ਇਹਦੀ ਤਾਂ ਚੰਗੀ ਚੜ੍ਹਾਈ ਲੱਗਦੀ ਆ ਜਾਓ ਅਸਲਾਮ ਅਲੈਕਮ ਚੌਧਰੀ ਸਾਹਿਬ ਵਾਲੇਕਮ ਸਲਾਮ ਘਰ ਤੇ ਸਭ ਖੈਰੀਅਤ ਹੈ ਨਾ ਅੱਬਾ ਜਾਨ ਕਿਸ ਤਰ੍ਹਾਂ ਨੇ ਸਭ ਖੈਰੀਅਤ ਹੈ ਜੀ ਅੱਲਾ ਦੀ ਮਿਹਰ ਹੈ ਅੱਬੂ ਜਾਨ ਵੀ ਠੀਕ ਹੈ ਸਤਿ ਸ਼੍ਰੀ ਅਕਾਲ ਸਰਦਾਰ ਜੀ ਖੜੇ ਕਿਉਂ ਬੈਠੋ
ਬੜੀ ਮੁੱਦਤ ਤੋਂ ਬਾਅਦ ਇੰਨੇ ਸੋਹਣੇ ਸਰਦਾਰ ਵੇਖਣ ਨੂੰ ਮਿਲੇ ਨੇ। ਇਹਨਾਂ ਦੀ ਸੇਵਾ ਚ ਕੋਈ ਕਮੀ ਨਹੀਂ ਆਣੀ ਚਾਹੀਦੀ। ਦੱਸੋ ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ? ਬਸ ਜੀ ਉਹੀ ਉਹ ਕੰਮ ਆਏ ਸਾਂ ਜਿਹਦਾ ਮੈਂ ਤੁਹਾਡੇ ਕੋਲ ਜ਼ਿਕਰ ਕੀਤਾ ਸੀ। ਬੜੀ ਦੂਰੋਂ ਚੱਲ ਕੇ ਆਏ ਜੇ ਵਿਚਾਰੇ, ਆਪਾਂ ਇਹਦਾ ਕੰਮ ਕਰਨਾ ਜ਼ਰੂਰ ਹੈ ਇਨਸ਼ਾਅੱਲਾ। ਮਦਦ ਕਰਨ ਦੀ ਕੋਸ਼ਿਸ਼ ਕਰ ਸਾਂ। ਸਰਦਾਰ ਜੀ ਇਹ ਦੱਸੋ ਵੀ ਸਾਡੇ ਜੱਦੀ ਮੁਲਕ ਦਾ ਕੀ ਹਾਲ ਹੈ? ਜੱਦੀ ਮੁਲਕ ਚੜ੍ਹਦੀ ਕਲਾ ਜੀ, ਬਸ ਕਿਰਪਾ ਜੀ ਮਾਲਕ ਦੀ। ਪਰ ਮਾੜੇ ਸਿਆਸਤਦਾਨਾਂ ਦੀਆਂ ਮਾੜੀਆਂ ਨੀਤੀਆਂ ਜਾਰੀ ਨੇ ਜੀ ਅੱਜ ਵੀ। ਸਰਦਾਰ ਜੀ ਬਹੁਤ ਚੰਗੀ ਗੱਲ ਆਖੀ ਆ ਤੁਸੀਂ, ਪਰ ਇਹਨਾਂ ਦੀ ਸਿਆਸਤ ਦੋਨਾਂ ਮੁਲਕਾਂ ਦੀ ਆਵਾਮ ਦੀ ਮੁਹੱਬਤ ਨੂੰ ਘੱਟ ਨਹੀਂ ਕਰ ਸਕਦੀ। ਬਿਲਕੁਲ, ਉਹ ਬਰਕਰਾਰ ਰਹੇ ਸੀ। ਵੈਸੇ ਤੁਹਾਡੇ ਦੌਲਤ ਖਾਨੇ ਕਿੱਥੇ ਨੇ? ਸਾਡਾ ਜ਼ਿਲ੍ਹਾ ਲੁਧਿਆਣਾ ਜੀ। ਤੇ ਮੈਂ ਫਰੀਦਕੋਟ ਰਿਆਸਤ ਚ ਰਹਿੰਦਾ ਰਿਹਾ। ਤੁਸੀਂ ਫਰੀਦਕੋਟ ਰਹਿੰਦੇ ਸੀ? ਹਾਂ, ਆਪਾਂ ਵੀ ਤਾਂ ਫਰੀਦਕੋਟ ਰਹਿੰਦੇ ਸੀ। ਮੇਰੇ ਬਾਪੂ ਡਿਪਟੀ ਸੀ ਉੱਥੇ ਜੀ। ਚੰਗੇ ਖਾਨਦਾਨੀ ਹੈ ਜੀ ਇਹ ਵੀ। ਕਿਆ ਆਰੋਪ ਸੀ ਮੇਰੇ ਬਾਪੂ ਦਾ ਜੀ? ਆ ਲੰਡੀ ਪੁੱਚੀ ਤਾਂ ਕਦੀ ਖੰਘਣ ਨਹੀਂ ਦਿੱਤੀ ਉਹਨਾਂ ਨੇ। ਐਸਾ ਕੋਈ ਬੰਦਾ ਨਹੀਂ ਸੀ ਬਾਪੂ ਦੀ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕੇ। ਆ ਜਿਹੜੇ ਨਾਮੀ ਖੰਮੀ ਬਦਮਾਸ਼ ਡਾਕੂ ਆ ਨਾ, ਐ ਠੋਕੇ ਬਸ। ਫਿਰ ਡਿਪਟੀ ਹਰਜੀਤ ਸਿੰਘ ਹਰਜੀਤ ਸਿੰਘ ਹੁੰਦਾ ਸੀ ਜੀ। ਡਿਪਟੀ ਤੱਖੜ ਸੀ ਨਾ ਤੇਰੇ ਬਾਪ ਦਾ ਨਾਂ? ਜਦੋਂ ਵੀ ਉਸ ਦਾ ਨਾਂ ਮੇਰੇ ਸਾਹਮਣੇ ਆਉਂਦਾ ਹੈ, ਮੇਰੀ ਹਿੱਕ ਚ ਬਦਲੇ ਦੇ ਭਾਂਬੜ ਬਲਣ ਲੱਗਦੇ ਨੇ। ਮੇਰੇ ਭਰਾ ਦਾ ਕਤਲ ਕੀਤਾ ਸੀ ਉਸਨੇ, ਤੇ ਅੱਜ ਉਸ ਦੀ ਔਲਾਦ ਮੇਰੇ ਸਾਹਮਣੇ ਖੜੀ ਹੈ। ਕੀ ਕਰਦਾ ਮੈਂ ਤੁਹਾਨੂੰ ਦੋਹਾਂ ਨੂੰ ਗੋਲੀਆਂ ਨਾਲ ਭੁੰਨ ਦਿਆਂ? ਨਹੀਂ ਨਹੀਂ ਚੌਧਰੀ ਸਾਹਿਬ, ਇਹ ਤਾਂ ਮੈਂ ਬਕਾਈ ਮਾਰਦਾ, ਥੇਲੇ ਦੀ ਅਕਲ ਨਹੀਂ ਇਹਨੂੰ। ਨਾਲੇ ਕੰਮ ਤੇ ਆਉਂਦਾ ਨਾ, ਇਹ ਕਿਹੜਾ ਉਹਦੀ ਸਗੀ ਔਲਾਦ ਹੈ? ਤੂੰ ਭੌਂਕਿਆ ਨਾ ਕਰ, ਜ਼ੁਬਾਨ ਨੂੰ ਲਗਾਮ ਹੀ ਨਹੀਂ ਦਿੰਦਾ। ਚੌਧਰੀ ਸਾਹਿਬ, ਮੈਂ ਤਾਂ ਤੁਹਾਡੇ ਕੋਲ ਬੜੀ ਆਸ ਲੈ ਕੇ ਆਇਆ ਸੀ, ਪਰ ਜੇ ਤੁਹਾਡੇ ਅੰਦਰ ਬਦਲੇ ਦੀ ਭਾਵਨਾ ਇੰਨੀ ਵਧੀ ਹੋਈ ਹੈ ਨਾ, ਤਾਂ ਆ ਖੜਾ ਮੈਂ। ਮਾਰ ਲਓ ਗੋਲੀ ਭਾਈ, ਪਰ ਉਸ ਬੰਦੇ ਦੇ ਖਿਲਾਫ ਮੈਂ ਇੱਕ ਵੀ ਲਫ਼ਜ਼ ਨਹੀਂ ਸੁਣ ਸਕਦਾ। ਇਹ ਗੱਲ ਦਾ ਖਿਆਲ ਰੱਖੀ, ਕਿਉਂਕਿ ਮੈਨੂੰ ਪਤਾ ਅਸੂਲਾਂ ਦਾ ਪੱਕਾ ਬੰਦਾ ਤੇ ਕਦੇ ਕਿਸੇ ਨਾਲ ਨਜਾਇਜ਼ ਨਹੀਂ ਕਰਦਾ। ਜੇ ਉਹਨੇ ਤੇਰਾ ਭਰਾ ਮਾਰਿਆ ਨਾ, ਤਾਂ ਤੇਰਾ ਭਰਾ ਜ਼ਰੂਰ ਗਲਤ ਹੋਣਾ। ਤਾਰਾ ਇਹ ਮਹਿਮਾਨ ਤੇ ਵਾਰ ਕਰਨਾ ਤੇਰੇ ਅਸੂਲਾਂ ਦੇ ਖਿਲਾਫ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣਾ ਆਪ ਭੁੱਲ ਵੰਜਾ, ਦਫਾ ਹੋ ਜਾ ਇੱਥੋਂ, ਗੈਟ ਆਊਟ। ਚਲੋ ਬਾਅਦ ਵਿੱਚ ਗੱਲ ਕਰਨੀ, ਆਓ ਚੱਲਦੇ ਚੱਲਦੇ। ਚੌਧਰੀ, ਜੇ ਤੂੰ ਵੀ ਅਸੂਲਾਂ ਦਾ ਪੱਕਾ ਬੰਦਾ ਆ ਨਾ, ਤਾਂ ਇੱਕ ਵਾਰ ਫਿਰ ਸੋਚ ਲਈ ਕਿ ਤੇਰਾ ਭਰਾ ਸਹੀ ਸੀ ਜਾਂ ਡਿਪਟੀ। ਚੱਲ ਤੂੰ ਕਿਉਂ ਇੰਨੀ ਗਰਮੀ ਖਾਧੀ ਹੈ? ਕੋਈ ਗੱਲ ਨੀ, ਮੈਂ ਹੈਗਾ ਨਾ। ਓਏ ਉਹ ਵੀ ਬੰਦਾ ਤੇ ਠੀਕ ਹੈ, ਪਰ ਕੀ ਕਰੀਏ ਉਹਦਾ ਵੀ ਤੇ ਬਰਾ ਮਾਰਿਆ ਨਾ। ਇੱਕ ਤਾਂ ਮੈਨੂੰ ਸਾਡੇ ਲਈ ਫੌਜੀ ਦੀ ਸਮਝ ਨਹੀਂ ਆਉਂਦੀ ਵੀ ਕਿੱਥੇ ਦਾ ਨਾਮ ਲੈਣਾ ਚਾਹੀਦਾ ਕਿੱਥੇ ਨਹੀਂ। ਕੋਈ ਦੋਸਤ ਆ ਕੋਈ ਦੁਸ਼ਮਣ, ਇਹ ਪਾਕਿਸਤਾਨ ਹੋ ਗਿਆ, ਮਲੋਖ ਖੰਨਾ ਹੋ ਗਿਆ, ਸਾਰੇ ਜਾਣਦੇ ਨੂੰ ਯਾਰ। ਓਏ ਤੂੰ ਵੀ ਤਾਂ ਉੱਥੇ ਫੁਕਰਾ ਹੋਇਆ ਬੈਠਾ ਸੈਂ, ਆਖੇ ਮੇਰੇ ਅਬੂ ਡਿਪਟੀ ਹੈ। ਓਏ ਅਸੀਂ ਉਹਨੂੰ ਗ੍ਰਿਫਤਾਰ ਕਰਨ ਗਏ ਸਾਂ ਜਾਂ ਉਹਦੇ ਨਾਲ ਗੱਲ ਕਰਨ ਗਏ ਸਾਂ? ਉਹ ਭਲਾ ਰੱਬ ਦਾ ਸ਼ੁਕਰ ਹੈ ਅੱਲਾ ਦਾ ਕਿ ਉਹਨੂੰ ਭਲੇ ਵੇਲੇ ਆਪਣੇ ਅਸੂਲ ਚੇਤੇ ਆ ਗਏ, ਨਹੀਂ ਤੇ ਸਾਡੇ ਮਕਬਰੇ ਬਣ ਜਾਣੇ ਸਨ ਇਸ ਹਵੇਲੀ ਦੇ ਵਿੱਚ। ਓ ਤੁਸੀਂ ਤਾਂ ਕਹਿੰਦਾ ਸੀ ਵੱਡੇ ਖਾਨਦਾਨ ਤੋਂ ਆ। ਤੇ ਹੋਰ ਮੈਂ ਕੀ ਕਹਿੰਦਾ ਉਹਨੂੰ ਕਿ ਇਹ ਪਹਾੜਕਾਂ ਤੇ ਮਰੂੰਡੇ ਵੇਚਣ ਦਾ ਕੰਮ ਕਿਰਿਆ ਪਾਉਣ ਗਏ ਸੀ ਆਪਾਂ ਉੱਥੇ। ਤੂੰ ਗੱਲ ਕਰ ਬਾਹਰ ਆ, ਆਖੇ ਬਹੁਤ ਸੇਵਾ ਹੋਣੀ ਤੁਹਾਡੀ, ਸੇਵਾ ਕਰਾਵਾਂਗੇ ਤੁਹਾਡੀ ਆਪਾਂ ਉੱਥੇ। ਤੇ ਪੰਜਾਬੀ ਚ ਤਾਂ ਇਹਨੂੰ ਵੀ ਸੇਵਾ ਯਾਰ, ਸੇਵਾ ਨਹੀਂ ਆਉਂਦੇ, ਕੁੱਤੇ ਖਾਣੀ ਆਉਂਦੇ ਇਹਨੂੰ। ਤੁਸੀਂ ਬਸ ਕਰੋਗੇ ਹੁਣ? ਅੱਗੇ ਕੋਈ ਬੰਦਾ ਹੈ ਹੋਰ ਜਿਹੜਾ ਕੰਮ ਆ ਸਕੇ? ਇੱਕ ਬੰਦਾ ਹੈ, ਕਹਿੰਦੀ ਚੱਕੀ ਹੈ
चेयरमैन साहब घर तो थोड़ी इज्जत असी देख ली, लगता बाहर भी बाली है। ताइयों तो बाहर आके बैठे हैं, बंदे नूं उत्थे बैठना चाहिए जिथे इज्जत मिले। ओ जाली चेयरमैन साहब, हुण आ दसो भी जिहड़ा बंदा आ रहा है वह सच्ची का पत्रकार है थोड़े वांगू नाने पत्रकार लाई फिरदा है? गवर्नमेंट तो मंजूर शुदा पत्रकार है। रब ने उच्चा किया ही रहना ना, होर उच्चा हो जा थोड़ा। ਜਿਸ ਹਿਸਾਬ ਨਾਲ ਜਿਹੜੀ ਸਪੀਡ ਨਾਲ ਆ ਰਿਹਾ ਨਾ, ਲੱਗਦਾ ਨਹੀਂ ਪਹੁੰਚੂਗਾ। ਮੈਨੂੰ ਲੱਗਦਾ ਉਹ ਮੋਟਰਸਾਈਕਲ ਤੇ ਵੀ ਪੈਦਲ ਹੀ ਆ ਰਿਹਾ। बड़ी जल्दी आ गए नज़ीर मियां, टाइम ते लग ही जांदा ना। दरअसल दो चार भारी खबर सन। की गल, खबरां नाल पत्थर बनने सन? मजाक करन दी तुहाडी आदत गई नहीं है। इधर उधर क्यों वेख रहे जे, किते कोई चोरी करके तो नहीं भजे? इधर क्यों बुलाया सानू रोई बिया बाने च? दो मुल्क की गल है, इंटरनेशनल मामला है। मेरे पीछे तो पहले ही खुफिया एजेंसियां लगी हुई ने, ऐसे करके तो इतने सद्दे, क्योंकि कंधा दे भी कन होंगे ना भाई। कंधा तो इतने है ही नहीं, तो कन भी कौन ही ना। तो तुसी ये दसो भी करना की है? करना तो भाई तुसी हो, बस थोड़े तो उम्मीद है। हुण तो मैं तो मां नूं लभदा फिरदा भाई, शायद थोड़ी खबर लाई तो माँ का कोई थौं पता ही मिल जाए। बस भाई इन्ना काम कर दो तुसी। भाई जान तुसी फिक्र ना करो, तुहाडे अम्मी जान साढ़े अम्मी जान ने, शकीर मियाँ ने मैंने सारी गल समझा दी है। तुहाडी खबर छप जाएगी, नाले नसीर की छापी खबर तो पाकिस्तान च बच्चा बच्चा पढ़ता है। तुहाडा काम हो जाएगा, तो एक फोटो हो जाए। हाँ 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 चलो। लो जी अदा वर्जे। शकीर मियां, ओ तेल खत्म हो गया सी। पंप तो पुआड़ो। ओ रिया ना गोलू दा गोलू, मैनू पता है दा की खत्म होया। नहीं 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 नहीं, गिन रहन दो तुसी। मैं टैंकी फुल करा लांगा, ते हुण ते मिलना गेला लग ही रहेगा ना। चंगा ठीक, मैं चलदा फिर, मिलने आ। चेयरमैन यार, तू का तो पैसे देते हो ना? ते फेर की होया? ओ चिट्ठी आ गई वो मेरे यार दी। ओ मेरे यार दी चिट्ठी आ गई वो। ओ मेरे यार दी चिट्ठी आ गई। ओ मेरे यार दी पाकिस्तान तो चिट्ठी आ गई वो। ओ भाई चिट्ठी आ गई वो। ओ चिट्ठी आ गई। ओ भाई चिट्ठी आ गई पाकिस्तान तो चिट्ठी आ गई जी। चिट्ठी आ गई, चिट्ठी आ गई। ओ मेरे यार दी, मेरे यार दे। चिट्ठी आई है जी पाकिस्तान तो बाई दी। रब दे फजल नाल शकील दे कर तेरा पोतरा जाकत होया, सारा परिवार बाखेरियत है। हाँ सच, तेरे वाले ओ चलारू। यानी मेरे भतीज, वो मेरे को पूरी तरह महफूज ने, किसी किस्म की कोई फिक्र करन दी लोड़ नहीं। उन्हां दा एक महीने का वीजा लग गया सी, ओ अपना वक्त वो यारा ना, मैं यादां दी तरह अपने सीने नाल हुण तीक ला के रख्या होया। ਤੁਹਾਡੀ ਸਭ ਦੀ ਸਲਾਮਤੀ ਮੰਗਦਾ ਹੋਇਆ ਤੇਰਾ ਯਾਰ ਅਬਦੁੱਲਾ।
ਸਰਦਾਰ ਨਹੀਂ ਹੈ, ਹੁਣ ਕਿਉਂ ਫਿਕਰ ਕਰੀ ਜਾਂਦੀ ਹੈ? ਤੇਰੇ ਪੁੱਤ ਮੇਰੇ ਯਾਰ ਕੋਲ ਨੇ। ਉਹ ਕਿਉਂ ਮਿਆਂਕ ਮਿਆਂਕ ਕੇ ਮਰਨ ਵਾਲਾ ਹੋਇਆ ਪਿਆ? ਲੈ ਪਾ ਲੈ ਜਪਦੀ ਮਾਂ ਨੂੰ। ਓ ਸਰਜੀਤ, ਓ ਸਰਜੀਤ, ਹਾਂਜੀ ਕੀ ਹੋਇਆ ਅੱਬੂ? ਹੋਇਆ ਇਸ਼ਤਿਹਾਰ ਆਇਆ ਇਹਨਾਂ ਦਾ ਅੱਜ। ਮੈਂ ਕਿਹਾ ਸੀ ਨਾ ਬੰਦਾ ਖਰਾ, ਜਲਦ ਇਤਲਾਹ ਮਿਲੇਗੀ ਆਪਾਂ ਨੂੰ, ਅੱਲਾ ਨੇ ਸੁਣ ਲਈ ਆਪਣੀ। ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਛੱਡ ਯਾਰ ਪਿਆਰਿਆਂ ਨੂੰ ਮੋਜਾਂ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ। ਡਾਕ ਪੈਰੀ ਹੱਥ ਤੁਰਿਆ ਸੀ ਮਾਂ ਦੇ, ਉਹਦੇ ਹੰਝੂਆਂ ਚ ਕਿੰਨੀਆਂ ਅਸੀਸਾਂ ਨੇ, ਦੂਰ ਹੋ ਕੇ ਹੀ ਸਮਝ ਅੱਜ ਆਈ ਹੈ, ਕਿੰਨੀਆਂ ਹੀ ਚੀਸਾਂ ਨੇ ਤੇਰੇ ਪੈਰ ਸੋਨੇ ਚ ਮੜ ਦਊਂ ਭਾਵੇਂ ਅਜੇ ਹਾਂ ਬਿਖਰਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ। ਦਾਦੀ ਦੀਆਂ ਬਾਤਾਂ ਚੋਂ ਜ਼ਿੰਦਗੀ ਦਾ ਇਲਮ ਸਿੱਖ ਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ, ਨਾ ਪਿੰਡ ਦਿਲ ਚੋਂ ਨਿਕਲਦਾ ਭਾਵੇਂ ਪਿੰਡ ਚੋਂ ਨਿਕਲਿਆ ਮੈਂ। ਸੰਤਾਲੀ ਦੀ ਵੰਡ ਨੇ ਪਤਾ ਨੀ ਕਿੰਨੇ ਖਬਦੁੱਲੇ ਤੇ ਹਰਜੀਤ ਅੱਡ ਕਰ। ਤੂੰ ਤਾਂ ਫਿਰ ਭਾਗਾਂ ਵਾਲਾ ਜੋ ਇਹਨਾਂ ਨੂੰ ਮਿਲ ਕੇ ਮੈਨੂੰ ਮਹਿਸੂਸ ਤੇ ਕਰ ਸਕਦਾ। ਮੈਂ ਤੇ ਹੁਣ ਤੇਰੀ ਚਿੱਠੀ ਹਿੱਕ ਨਾ ਲਾ ਕੇ ਰੱਖਦਾ। ਸ਼ਕੀਲ ਨੂੰ ਪਿਆਰ ਤੇ ਮੇਰੇ ਪੋਤੇ ਨੂੰ ਆਸ਼ੀਰਵਾਦ। ਉਮੀਦ ਕਰਦਾ ਕਿ ਸੁਰਜੀਤ ਨੂੰ ਉਸਦੀ ਮੰਜ਼ਿਲ ਮਿਲ ਗਈ ਹੋਵੇਗੀ। ਇਹਨਾਂ ਦੀ ਬੀਜੀ ਇਹਨਾਂ ਦਾ ਬਹੁਤ ਫਿਕਰ ਕਰਦੀ ਹੈ, ਪਰ ਯਾਦ ਰੱਖਣ ਬੀਜੇ ਦੇ ਵਿੱਚ ਹੀ ਵਾਪਸ ਆਉਣਾ। ਉਹ ਸੱਚੇ ਪਾਤਸ਼ਾਹ ਤੋਂ ਤੁਹਾਡੀ ਖੈਰ ਦੀ ਦੁਆ ਮੰਗਦਾ ਹੋਇਆ ਤੇਰਾ ਯਾਰ। ਦਿਨ ਤੇ ਸਿਰਫ ਤਿੰਨ ਹੀ ਰਹਿ ਗਏ ਨੇ ਭਾਈ ਜਾਨ। ਬਸ ਹੋ ਗਈ ਯਾਰ, ਮੈਨੂੰ ਲੱਗਦਾ ਮੈਨੂੰ ਖੁਸ਼ਬੂ ਆਈ ਸੀ ਉਹਦੀ ਕੱਲ, ਮੈਨੂੰ ਲੱਗਦਾ ਵੀ ਇੱਥੇ ਹੀ ਆ ਉਹ। ਮਾੜਾ ਜਿਹਾ ਬਾਈ ਬਣ ਕੇ ਪਤਾ ਕਰ ਲਾ, ਉਹ ਲੱਭ ਜਾਣੀਆਂ, ਮੈਨੂੰ ਪਤਾ ਲੱਭ ਜਾਣੀਆਂ। ਤੂੰ ਦੇਖ ਲੱਗ ਦੇ ਕੁਛ ਕਰਕੇ ਯਾਰ, ਹੋਊਗੀ ਇੱਥੇ ਪੱਕਾ ਹੋਊਗੀ ਬਾਈ ਉਹ। ਦੇਖੀ ਤੇ ਨੇੜੇ ਤੇੜੀ ਆ ਕੇ ਤੇ ਮੈਨੂੰ ਮਹਿਸੂਸ ਹੁੰਦੀ ਆ।
ਤੈਨੂੰ ਪੈਸੇ ਚਾਹੀਦੇ ਹੁਣ, ਤੂੰ ਪੈਸੇ ਲੈ ਲਾ, ਆ ਲੈ ਲਾ ਆ ਪੈਸੇ ਲੈ ਲਾ ਵੀਰੇ, ਆ ਲੈ ਲਾ, ਹੋਰ ਵੀ ਦਊਂਗਾ ਤੈਨੂੰ, ਜਿੰਨੇ ਕਹੇਗਾ ਉਹਨੇ ਦਊਂਗਾ, ਹੋਊਗੀ ਇੱਥੇ ਪੱਕਾ ਹੋਊਗੀ ਉਹ। ਨਹੀਂ 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 ਹੈਗੀ ਇੱਥੇ, ਮੈਨੂੰ ਪਤਾ ਤੈਨੂੰ ਲੱਗ ਜਾਣੀ ਹੈ ਪਤਾ। ਨਹੀਂ ਨਹੀਂ ਭਾਈ ਜਾਨ, ਪੈਸੇ ਦਾ ਲਾਲਚ ਪਹਿਲਾਂ ਜ਼ਰੂਰ ਸੀ, ਪਰ ਹੁਣ ਗੱਲ ਪੈਸੇ ਦੀ ਨਹੀਂ ਜ਼ਮੀਰ ਦੀ। ਇੱਕ ਚਿਰਾਂ ਤੋਂ ਵਿਛੜੀ ਮਾਂ ਨੂੰ ਉਸਦੇ ਪੁੱਤਰ ਨਾਲ ਮਿਲਾਉਣ ਦੇ ਪੈਸੇ ਲੈ ਕੇ ਮੈਂ ਉਸ ਅੱਲਾਹ ਤਾਲਾ ਨੂੰ ਕੀ ਮੂੰਹ ਵਿਖਾਵਾਂਗਾ। ਮੈਂ ਤੁਹਾਨੂੰ ਤੁਹਾਡੀ ਅੰਮੀ ਨਾਲ ਮਿਲਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ, ਅਤੇ ਹੁਣ ਵੀ ਇਹੀ ਦੁਆ ਕਰਦਾ ਕਿ ਅੱਲਾਹ ਤਾਲਾ ਤੁਹਾਨੂੰ ਤੁਹਾਡੀ ਅੰਮੀ ਨਾਲ ਮਿਲਾ ਦੇਣ। ਪਰ ਭਾਈ ਜਾਨ ਆ ਨਹੀਂ ਹੋਣਾ ਮੈਥੋਂ, ਮੈਨੂੰ ਮਾਫ ਕਰ ਦਿਓ। ਤਗੜੇ ਰਹੋ ਸੁਰਜੀਤ ਭਰਾ ਜੀ, ਜਦੋਂ ਵੀ ਮੈਨੂੰ ਕੋਈ ਤਲਾਹ ਮਿਲੇਗੀ ਮੈਂ ਨਾਲ ਦੀ ਨਾਲ ਤੁਹਾਨੂੰ ਤਲਾਹ ਕਰ ਦੇਵਾਂ। ਹੁਣ ਤੇ ਸੁੱਖ ਨਾਲ ਆਪਣੀ ਆਉਣੀ ਜਾਣੀ ਬਣੀ ਰਹੇਗੀ ਨਾ, ਬਣੀ ਰਹੇਗੀ ਨਾ, ਕੋਈ ਮੈਂ ਝੂਠ ਤੇ ਨਹੀਂ ਬੋਲ ਰਿਹਾ ਪੁੱਤਰਾ। ਆ ਮੇਰੇ ਭਰਾ ਤੇ ਭਰਜਾਈ ਲਈ ਮੇਰੇ ਵੱਲੋਂ ਨਿੱਕਾ ਜਿਹਾ ਤੋਹਫ਼ਾ। ਇੰਨੀ ਆਸਾਨੀ ਨਾਲ ਮੈਂ ਤੈਨੂੰ ਭੱਜਣ ਕੋ ਨਹੀਂ ਦਿੰਦਾ। ਇਹ ਚੌਧਰੀ ਦਾ ਇਲਾਕਾ ਈ, ਇੱਥੇ ਮੇਰੀ ਇਜਾਜ਼ਤ ਬਗੈਰ ਪੱਤਾ ਵੀ ਨਹੀਂ ਹਿਲਦਾ। ਤੂੰ ਕਿਵੇਂ ਵੰਜੁਲ ਸੇ? ਜੇ ਚੌਧਰੀ ਦਾ ਇਲਾਕਾ ਤੇ ਇਲਾਕਾ ਤੇ ਚੇਅਰਮੈਨ ਦਾ ਵੀ, ਤੇ ਮੈਂ ਆਪਣੇ ਬ੍ਰਾਹਮਣ ਦਾ ਵਾਲ ਵੀ ਵਿੰਗਾ ਨਹੀਂ। ਕਿਸ ਦਾ ਵਾਲ ਵਿੰਗਾ ਹੋ ਸੀ ਤੇ ਕਿੰਝ ਹੋ ਸੀ, ਇਹ ਤੇ ਅੱਲਾ ਹੀ ਜਾਣਦਾ ਹੈ। ਸਰਦਾਰਾ, ਉਸ ਦਿਨ ਤੂੰ ਬਹੁਤ ਖਰਬੇ ਬੋਲ ਬੋਲ ਗਏ। ਜੇ ਉਹਨਾਂ ਲਫ਼ਜ਼ਾਂ ਤੇ ਤੈਨੂੰ ਕੋਈ ਸ਼ਰਮਿੰਦਗੀ ਹੈ ਨਾ, ਤੇ ਮਾਫ਼ੀ ਵੀ ਮੰਗ ਸਕਦਾ। ਚੌਧਰੀ, ਸੱਚ ਬੋਲੇ ਤੇ ਸ਼ਰਮਿੰਦਗੀਆਂ ਨਹੀਂ ਹੁੰਦੀਆਂ ਤੇ ਨਾ ਹੀ ਮਾਫ਼ੀ ਮੰਗਣ ਦੀ ਲੋੜ ਪੈਂਦੀ ਹੈ। ਤੇਰੀ ਇਸੇ ਬੇਬਾਕੀ ਨੇ ਮੈਨੂੰ ਸੋਚਣ ਤੇ ਮਜਬੂਰ ਕੀਤਾ। ਤੇਰੇ ਸਵਾਲ ਬਾਰੇ ਮੈਂ ਕਿੰਨੇ ਦਿਨ ਸੋਚਦਾ ਰਿਹਾ। ਤੁਹਾਡੇ ਸਰਦਾਰਾਂ ਦੀ ਇੱਕ ਖਾਸੀਅਤ ਹੈ, ਜੋ ਗੱਲ ਦਿਲ ਵਿੱਚ ਹੁੰਦੀ ਹੈ ਨਾ, ਉਹੀ ਜ਼ੁਬਾਨ ਤੇ ਹੁੰਦੀ ਹੈ। ਤੇ ਇੱਕ ਸੱਚੇ ਮੁਸਲਮਾਨ ਦਾ ਵੀ ਇਹ ਫਰਜ਼ ਹੈ, ਉਹ ਇੱਕ ਸੱਚੇ ਇਨਸਾਨ ਦੀ ਮਦਦ ਕਰੇ। ਸੋਚਣ ਦੇ ਬਾਅਦ ਮੈਨੂੰ ਤੇਰੇ ਸਵਾਲਾਂ ਦਾ ਜਵਾਬ ਵੀ ਮਿਲਿਆ। ਤੇਰਾ ਬਾਪ ਸਹੀ ਹੈ ਯਾਰ, ਤੇ ਗਲਤ ਮੇਰਾ ਭਰਾ ਵੀ ਨਹੀਂ ਸੀ। ਉਹ ਡਾਕੇ ਮਾਰਦਾ ਰਿਹਾ, ਮਗਰ ਕਦੀ ਉਸਨੇ ਪੈਸਾ ਜਮ੍ਹਾਂ ਨਹੀਂ ਸੀ ਕੀਤਾ। ਗਰੀਬ ਗੁਰਮਿਆਂ 'ਚ ਵੰਡਦਾ ਰਿਹਾ। ਅਗਰ ਮੈਂ ਪਿਛਲੀਆਂ ਗੱਲਾਂ ਪਕੜ ਕੇ ਬੈਸਾਂ ਨਾ, ਤਾਂ ਕੋਈ ਫੈਸਲਾ ਨਹੀਂ ਹੋਣਾ। ਇਸ ਲਈ ਮੈਂ ਤੈਨੂੰ ਇੱਕ ਗੱਲ ਦੱਸਣ ਆਇਆ। ਮੈਨੂੰ ਇੱਕ ਔਰਤ ਦਾ ਪਤਾ ਚੱਲਿਆ ਜੀ,
ਉਹਦੀ ਕਹਾਣੀ ਵੀ ਤੇਰੇ ਨਾਲ ਮਿਲਦੀ ਜੁਲਦੀ ਹੈ। ਮੈਂ ਤੈਨੂੰ ਉਸ ਨੂੰ ਮਿਲਾਉਣਾ ਚਾਹੁੰਦਾ, ਸ਼ਾਇਦ ਉਹ ਤੇਰੀ ਮਾਂ ਹੀ ਹੋਵੇ। ਇਸ ਭਲੇ ਕੰਮ ਵਿੱਚ ਦੇਰ ਕਾਹਦੀ। ਚੱਲ ਸੇ
ਮੈਂ ਅਤੇ ਬਾਈ ਸਰਜੀਤ ਜਦੋਂ ਇੰਡੀਆ ਤੋਂ ਪਾਕਿਸਤਾਨ ਨੂੰ ਤੁਰੇ ਸੀ ਉਸ ਵਕਤ ਮੈਂ ਬਿਲਕੁਲ ਵੀ ਨਹੀਂ ਸੀ ਇਹ ਸੋਚਿਆ ਵੀ ਮੈਂ ਆਪਣੇ ਭਰਾ ਨੂੰ ਪਾਕਿਸਤਾਨ ਛੱਡ ਕੇ ਵਾਪਸ ਇਕੱਲਾ ਆਊਂਗਾ। ਬਚਪਨ ਤੋਂ ਲੈ ਕੇ ਜਵਾਨੀ ਤੱਕ ਸਾਰੀ ਜ਼ਿੰਦਗੀ ਜਿਸ ਭਰਾ ਨਾਲ ਬਤਾਈ ਹੋਵੇ ਉਸ ਨੂੰ ਛੱਡ ਕੇ ਆਉਣਾ ਅੱਜ ਵੀ ਮੈਨੂੰ ਬਹੁਤ ਦੁੱਖਦਾਈ ਲੱਗਦਾ ਹੈ। ਅੱਜ ਵੀ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਉਹ ਟਾਈਮ ਪਾਕਿਸਤਾਨ ਤੋਂ ਲੈ ਕੇ ਇੰਡੀਆ ਤੱਕ ਇਕੱਲੇ ਨੇ ਕਿਵੇਂ ਸਫ਼ਰ ਕੀਤਾ, ਕਿਉਂਕਿ ਅੱਜ ਤੱਕ ਜੋ ਵੀ ਮੈਂ ਬਣਿਆ ਉਹਦੇ ਵਿੱਚ ਮੇਰੇ ਭਰਾ ਸਰਜੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ, ਮੇਰੇ 'ਚ ਵੀ ਰਿਹਾ, ਮੇਰੇ ਪਰਿਵਾਰ 'ਚ ਵੀ ਰਿਹਾ। ਬਾਈ ਸਰਜੀਤ ਸਿੰਘ ਨੇ ਸਾਡੇ ਪਰਿਵਾਰ ਲਈ ਬਹੁਤ ਕੁਛ ਕੀਤਾ ਜੋ ਮੈਂ ਇੱਥੇ ਨਹੀਂ ਦੱਸ ਸਕਦਾ। ਪਰ ਜਦੋਂ ਮੈਂ ਇੰਡੀਆ ਆ ਕੇ ਆਪਣੇ ਮਾਤਾ ਪਿਤਾ ਨੂੰ, ਬਾਕੀ ਪਰਿਵਾਰ ਨੂੰ ਇਹ ਸਾਰੀ ਦੁੱਖ ਭਰੀ ਕਹਾਣੀ ਦੱਸੀ ਵੀ ਹੁਣ ਸਰਜੀਤ ਆਪਾਂ ਨੂੰ ਸ਼ਾਇਦ ਬੜੀ ਮੁਸ਼ਕਲ ਨਾਲ ਹੀ ਦੁਬਾਰਾ ਮਿਲ ਪਾਵੇ, ਪਰ ਨਾਲ ਦੀ ਨਾਲ ਮੈਨੂੰ ਰੋਜ਼ ਯੂਟਿਊਬ 'ਤੇ ਵੀ ਦੇਖ ਕੇ, ਅਖਬਾਰਾਂ 'ਚ ਵੀ ਪੜ੍ਹ ਕੇ ਇੱਕ ਗੱਲ ਦਾ ਬੜਾ ਦੁੱਖ ਆਉਂਦਾ ਵੀ ਸੰਤਾਲੀ ਦੀ ਵੰਡ ਨੇ ਪਤਾ ਨਹੀਂ ਕਿੰਨੇ ਕੁ ਘਰ ਉਜਾੜੇ ਅਤੇ ਕਿੰਨੇ ਕੁ ਘਰਾਂ ਦੇ ਬੱਚੇ ਅੱਜ ਤੱਕ ਵੀ ਆਪਣੇ ਮਾਂ ਬਾਪ ਨੂੰ ਨਹੀਂ ਮਿਲ ਸਕੇ। ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਹਰ ਇੱਕ ਪਰਿਵਾਰ ਨੂੰ ਬਾਈ ਸਰਜੀਤ ਵਰਗਾ ਭਰਾ ਜ਼ਰੂਰ ਮਿਲਣਾ ਚਾਹੀਦਾ ਜਿਹੜਾ ਕਿ ਆਪਣਿਆਂ ਨਾਲੋਂ ਵੱਧ ਪਾਲਕ ਪੁੱਤਰ ਹੁੰਦਾ ਹੋਇਆ ਵੀ ਸਕੇ ਪੁੱਤਰ ਨਾਲੋਂ ਵੱਧ ਹੋ ਕੇ ਆਪਣੇ ਮਾਂ ਬਾਪ ਦੀ ਸੇਵਾ ਕਰ।